ਵਾਹਿਗੁਰੂ 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 ਜੀ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਜਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਕੀ
प्रेम पिया ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੁੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦਾਨੰਦ ਮਾਨ ਲਈ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਜਿੱਥੇ ਆਪ ਜੀ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪੁੱਜ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਮੂਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਰਿਹਾ ਉੱਥੇ ਆਪਣੀ ਜ਼ਿੰਦਗੀ ਦੀਆਂ ਉਹ ਅਮੋਲਕ ਘੜੀਆਂ ਗੁਰੂ ਚਰਨਾਂ ਵਿੱਚ ਲਾ ਰਹੇ ਜਿਹਦੇ ਵਰਕੇ ਸਾਨੂੰ ਮਨੁੱਖਾ ਜਨਮ ਮਿਲਿਆ ਸਤਸੰਗ ਜੀ ਜ਼ਿੰਦਗੀ ਦਾ ਪ੍ਰਯੋਜਨ ਕੁਝ ਹੋਰ ਹੈ
ਜੀਵਨ ਦਾ ਉਦੇਸ਼ ਕੁਝ ਹੋਰ ਹੈ। ਇਸ ਨੂੰ ਮਨੁੱਖਾ ਜਨਮ ਮਿਲਿਆ, ਇਸ ਦੀ ਜ਼ਿੰਦਗੀ ਖਾਣ ਪੀਣ ਅਤੇ ਪਾਉਣ ਤੱਕ ਹੀ ਸੀਮਤ ਰਹਿ ਗਈ। ਕਾਂਦਾ ਅਤੇ ਮਾਂ ਦੇ ਗਰਭ ਵਿੱਚ ਵੀ ਸੀ, ਇੱਕ ਵਾਰੀ ਕਹਿ ਦਿਓ ਵਹਿਰੂ, ਉੱਥੇ ਵੀ ਵਹਿਰੂ ਇਹਨੂੰ ਰੋਜੀ ਦਿੰਦਾ ਸੀ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਭੌਜਲ ਬਿਖਮ ਸਗਾ ਗੁਰਸਬ ਦੀ ਪਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭਸੇ ਨੌ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਤਸੰਗ ਜੀ। ਇਸ ਦੀ ਜ਼ਿੰਦਗੀ ਦਾ ਪ੍ਰਯੋਜਨ ਪ੍ਰਭੂ ਮਲਾਪ ਹੈ, ਪਰ ਮਾਰ ਤੇ ਪਾਂਧੀਆਂ ਨੇ, ਨਾਮ ਦੇ ਜਪਣ ਵਾਲਿਆਂ ਨੇ, ਵਹਿਰੂ ਦੇ ਆਸ਼ਕਾਂ ਨੇ ਇਸ ਦੇ ਤਿੰਨ ਰਾਹ ਮੰਨੇ ਹਨ। ਪਹਿਲੇ ਨੰਬਰ 'ਤੇ ਪੂਰਨ ਪ੍ਰੇਮ। ਜੇ ਪੂਰਨ ਪ੍ਰੇਮ ਵੀ ਆ ਜਾਏ, ਇੱਕ ਵਾਰੀ ਕਹਿ ਦਿਓ ਵਹਿਰੂ, ਉੱਥੇ ਪੂਰਨ ਬਰਾਗ ਆ ਜਾਂਦਾ। ਦੂਜੇ ਨੰਬਰ 'ਤੇ ਪੂਰਨ ਬਰਾਗ, ਜਿੱਥੇ ਪੂਰਨ ਬਰਾਗ ਆ ਜੇ ਉੱਥੇ ਪੂਰਨ ਤਿਆਗ ਆ ਜਾਇਆ ਕਰਦਾ। ਇੱਕ ਵਾਰੀ ਕਹਿ ਦਿਓ ਵਹਿਰੂ, ਪੂਰਨ ਪ੍ਰੇਮ, ਪੂਰਨ ਬਰਾਗ, ਪੂਰਨ ਤਿਆਗ। ਪ੍ਰੇਮ ਦੀ ਮਿਸਾਲ ਦਿੱਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ, ਕਹਿੰਦੇ ਅੱਖਾਂ ਬੰਦ ਕਰਿਆ ਬਗਲੇ ਵਾਂਗੂ ਤੇਰਾ ਕੁਝ ਨਹੀਂ ਬਣਨਾ। ਅੱਖਾਂ ਦਾ ਬਗਲਾ ਵੀ ਬੰਦ ਕਰ ਲੈਂਦਾ, ਕਹਾਂ ਪਿਓ ਦੋ ਲੋਚਨ ਮੂੰਦ ਕੇ ਬੈਠ ਰਹੋ ਪੱਕ ਧਿਆਨ ਲਗਾਇਓ। ਬਗਲਾ ਵੀ ਅੱਖਾਂ ਬੰਦ ਕਰ ਲੈਂਦਾ। ਮਹਾਰਾਜ ਕਹਿੰਦੇ ਵਹਿਰੂ ਦੇ ਨਾਮ ਤੋਂ ਬਿਨਾਂ ਭਾਵੇਂ ਤੂੰ ਦਰਿਆਵਾਂ ਦੀ ਗੱਲ ਕਰਦਾ, ਜਮੁਨਾ ਗੰਗਾ ਅਤੇ ਗੋਦਾਵਰੀ ਇਹੋ ਜਿਹੇ ਤੀਰਥਾਂ ਦੀ ਗੱਲ ਕਰਦਾ, ਭਾਵੇਂ ਤੂੰ ਸੱਤਾਂ ਸਮੁੰਦਰਾਂ ਦੇ ਪਾਣੀ ਵਿੱਚ ਨਾਲਾ, ਤੇਰੀ ਗੱਲ ਨਹੀਂ ਬਣਨੀ। ਨਹਾਤ ਫਿਰਿਓ ਲੀਓ ਸੱਤ ਸਮੁੰਦਰਨ, ਸਾਰੇ ਪੜ੍ਹੋ, ਨਹਾਤ ਫਿਰਿਓ ਲੀਓ ਸੱਤ ਸਮੁੰਦਰਨ। ਕਹਿੰਦੇ ਜੇ ਨਾਮ ਨੇ ਜਪਿਆ ਲੋਕ ਗਏਓ ਪਰਲੋਕ ਗਵਾਇਓ, ਤੂੰ ਲੋਕ ਵੀ ਵਿਗਾੜ ਜਾਏਗਾ ਪਰਲੋਕ ਵੀ ਤੇਰਾ ਵਿਗੜ ਜਾਏਗਾ। ਅੱਗੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਧ ਸੰਗਤ ਜੀ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਜਿਹਨੇ ਵਹਿਰੂ ਨੂੰ ਪ੍ਰੇਮ ਕੀਤਾ, ਉਹਨੂੰ ਵਹਿਰੂ ਦੀ ਪ੍ਰਾਪਤੀ ਹੋਈ। ਇਹਦੇ ਵਿੱਚ ਜਿਹੜਾ ਵੈਰਾਗ ਹੈ ਨਾ, ਵੈਰਾਗ ਜਿਵੇਂ ਲੱਕੜੀ ਨੂੰ ਕੁਣ ਖਾ ਜਾਂਦਾ, ਜਿਵੇਂ ਲੋਹੇ ਨੂੰ ਜੰਗ ਖਾ ਜਾਂਦਾ, ਜਿਵੇਂ ਕਿਸੇ ਚਿੰਤਾ ਵਾਲੇ ਬੰਦੇ ਨੂੰ ਚਿੰਤਾ ਖਾ ਜਾਂਦੀ, ਇਵੇਂ ਜਿਹੜਾ ਵੈਰਾਗ ਹੈ ਇਹ ਸਤਸੰਗ ਸਾਰੇ ਪਾਪਾਂ ਨੂੰ ਖਾ ਜਾਂਦਾ। ਕਬੀਰ ਜੀ ਨੇ ਕਿਹਾ ਕਿ ਜਿਵੇਂ ਪਰਜਾ ਸਾਰੀ ਹੈ, ਇੱਕ ਵਾਰੀ ਕਹਿ ਦਿਓ ਵਹਿਰੂ, ਸਾਰੇ ਬੰਦੇ ਆਪਾਂ, ਪਰ ਪਰਜਾ ਦੇ ਵਿੱਚ ਸਭ ਤੋਂ ਵੱਡਾ ਰਾਜਾ, ਇੱਕ ਵਾਰੀ ਕਹਿ ਦਿਓ ਵਹਿਰੂ, ਸਭ ਤੋਂ ਵੱਡਾ ਰਾਜਾ ਦਾ ਸਾਰੀ ਪਰਜਾ ਦੇ ਉੱਤੇ ਹੁਕਮ ਚੱਲਦਾ, ਭਗਤੀ ਮਾਰਗ ਦੇ ਉੱਤੇ ਵਿੱਚ ਕਹਿੰਦੇ ਸਭ ਤੋਂ ਵੱਡਾ ਵੈਰਾਗ ਹੈ ਖਾਲਸਾ ਜੀ, ਇੱਕ ਵਾਰੀ ਕਹਿ ਦਿਓ ਵਹਿਰੂ। ਕਬੀਰ ਜੀ ਫਰਮਾਉਂਦੇ ਬਿਰਹਾ ਬਿਰਹਾ ਆਖੀ ਹੈ, ਮੇਰਾ ਕਹਿੰਦੇ ਤੜਫ ਨੂੰ, ਬਿਰਹਾ ਕਹਿੰਦੇ ਬੈਰਾਗ ਨੂੰ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਐ ਬਿਰਹਾ ਤੂੰ ਭਗਤੀ ਮਾਰਗ ਦੇ ਵਿੱਚ। ਇਸ ਤਰ੍ਹਾਂ ਜਿਵੇਂ ਪਰਜਾ ਦੇ ਵਿੱਚ ਰਾਜਾ ਸਭ ਤੋਂ ਵੱਡਾ ਹੈ, ਅਤੇ ਭਗਤੀ ਮਾਰਗ ਵਿੱਚ ਤੂੰ ਸਭ ਤੋਂ ਵੱਡਾ ਹੈ ਖਾਲਸਾ ਜੀ। ਅੱਗੇ ਭਗਤ ਜੀ ਕਹਿੰਦੇ ਜੇ ਘੱਟ ਬਿਰਹਾ ਨਾ ਉਪਜੈ, ਘੱਟ ਨਾ ਹਿਰਦੇ ਦਾ, ਕਹਿੰਦੇ ਜਿਹੜੇ ਹਿਰਦੇ ਵਿੱਚ ਰੱਬ ਦਾ ਬੈਰਾਗ ਨਹੀਂ, ਉਹ ਘਰ ਉਹ ਘੱਟ ਉਹ ਹਿਰਦਾ, ਕਹਿੰਦੇ ਮੜੀਆਂ ਮੁਰਦ ਘਾਟ, ਜਿਵੇਂ ਇੱਥੇ ਫਿਊਨਲ ਹਾਊਸ ਨੇ, ਫਨਲ ਹਾਊਸ ਵੀ ਬੋਲ ਦਿੰਦੇ ਨੇ, ਜਿੱਥੇ ਬੰਦਿਆਂ ਦੇ ਸੰਸਕਾਰ ਕੀਤੇ ਜਾਂਦੇ ਨੇ, ਉਹ ਹਿਰਦਾ ਕਹਿੰਦੇ ਮੜੀਆਂ ਦੇ ਸਮਾਨ ਹੈ, ਮੁਰਦ ਘਾਟ ਦੇ ਸਮਾਨ ਹੈ, ਜਿੱਥੇ ਰੱਬ ਦਾ ਬੈਰਾਗ ਨਹੀਂ। ਜੇ ਘੱਟ ਬਿਰਹਾ ਨਾ ਉਪਜੈ, ਉਹ ਘੱਟ ਉਹ ਹਿਰਦਾ ਕਹਿੰਦੇ ਮੜੀਆਂ ਦੇ ਸਮਾਨ ਹੈ,
ਮੁੱਕਦੀ ਗੱਲ ਕੀ ਗੁਰੂ ਕੀ ਸੰਗਤ ਪੂਰਨ ਬਰਾਗ, ਬਰਾਗ ਕਿਹਨੂੰ ਕਹਿੰਦੇ ਹਨ? ਜਿਸ ਤੋਂ ਬਿਨਾਂ ਰਿਹਾ ਨਾ ਜਾਵੇ। ਕਿਸੇ ਨੂੰ ਬੱਚਿਆਂ ਦਾ ਬਰਾਗ, ਪਰਿਵਾਰ ਦਾ ਬਰਾਗ, ਧਨ ਦਾ ਬਰਾਗ, ਪਰਿਵਾਰ ਦਾ ਮੈਂਬਰ ਰੱਬ ਨੂੰ ਚੜ੍ਹਾਈ ਕਰ ਜੇ ਤਾਂ ਮਾਰ ਮਾਰ ਕੇ ਰੋਂਦੇ ਹਾਂ, ਰੋ ਕੇ ਚੁੱਪ ਵੀ ਕਰ ਜਾਂਦੇ ਹਾਂ। ਇੱਕ ਬਰਾਗ ਹੈ ਰੱਬੀ ਬਰਾਗ, ਇੱਕ ਬਰਾਗ ਹੈ ਰੱਬੀ ਬਰਾਗ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਇਸ ਮਾਰਗ 'ਤੇ ਤੁਰਦੇ ਨੇ, ਉਹਨਾਂ ਨੂੰ ਰੱਬ ਤੋਂ ਬਿਨਾਂ, ਪਰਮੇਸ਼ੁਰ ਤੋਂ ਬਿਨਾਂ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਜਿਵੇਂ ਚਿੰਤਾ ਵਾਲੇ ਬੰਦੇ ਦੇ ਅੱਗੇ, ਦੁਖੀ ਬੰਦੇ ਦੇ ਅੱਗੇ ਜਿੰਨੇ ਮਰਜ਼ੀ ਪਦਾਰਥ ਰੱਖਦੇ, ਉਹਨੂੰ ਖਾਣੇ ਚੰਗੇ ਨਹੀਂ ਲੱਗਦੇ। ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਵਾਰੀ ਫਿਰ ਕਹਿ ਦਿਓ ਵਹਿਰੂ। ਇਸੇ ਤਰ੍ਹਾਂ ਗੁਰੂ ਕੀ ਸੰਗਤ ਜਿਹੜੇ ਰੱਬ ਦੇ ਪਿਆਰੇ ਨੇ, ਪਰਮੇਸ਼ੁਰ ਦਾ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਵਹਿਰੂ ਦੇ ਨਾਮ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਿਆ ਕਰਦਾ। ਅੱਜ ਕੱਲ੍ਹ ਤੁਸੀਂ ਕਹਿਣ ਲੱਗੇ ਜੀ, ਜੋ ਬਾਣੀ 'ਚ ਲਿਖਿਆ ਜਰਾ ਧਿਆਨ ਨਾਲ ਸੁਣੋ, ਇੱਕ ਵਾਰੀ ਕਹਿ ਦਿਓ ਵਹਿਰੂ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜ੍ਹੇ ਕਰੇ ਵਿਖਿਆਨ, ਆਖੇ ਬ੍ਰਹਮ ਆਖੇ ਇੰਦ, ਆਖੇ ਗੋਪੀ ਤੇ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖਿਆ ਕੇਤੇ ਕੀਤੇ ਬੁੱਧ, ਆਖਿਆ ਕੇਤੇ ਕੀਤੇ ਮਹਾਤਮਾ ਬੁੱਧ ਨੇ ਆਖਿਆ ਸੀ। ਕੱਪਲ ਵਸਤੂ ਦੀ ਰਿਆਸਤ ਦਾ ਰਾਜਾ ਜਪਜੀ ਸਾਹਿਬ ਦੀਆਂ ਖੀਰਲੀਆਂ ਪੌੜੀਆਂ ਦੇ ਵਿੱਚ ਵੀ ਮਹਾਤਮਾ ਬੁੱਧ ਦਾ ਜ਼ਿਕਰ ਕੀਤਾ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਫੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਸਿੱਧ ਬੁੱਧ ਨਾਥ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ। ਜਿਹੜੇ ਪਰਮੇਸ਼ੁਰ ਨੂੰ ਗਾਉਂਦੇ ਚਲੇ ਗਏ। ਸਾਡਾ ਭਾਰਤ, ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਦਾ ਦੇਸ਼ ਹੈ। ਤੁਸੀਂ ਬੜੇ ਭਾਗਾਂ ਵਾਲੇ, ਤੁਹਾਡੇ 'ਤੇ ਬੜੀ ਕਿਰਪਾ, ਜਿਹੜੇ ਤੁਸੀਂ ਇਹਨਾਂ ਕੰਟਰੀਆਂ 'ਚ ਆ ਕੇ ਵੀ ਗੁਰਸਿੱਖ ਹੋ। ਇੱਕ ਵਾਰੀ ਕਹਿ ਦਿਓ ਵਹਿਰੂ। ਮੈਨੂੰ ਕਿਸੇ ਨੇ ਅਮਰੀਕਾ ਦੇ ਵਿੱਚ ਪੁੱਟ ਮੀ ਏ ਕੁਐਸਚਨ ਕਿ ਸੰਤ ਜੀ ਅਮਰੀਕਾ ਦੀ ਧਰਤੀ 'ਤੇ, ਵੈਸਟਰਨ ਜਾਂ ਯੂਰਪਨ ਕੰਟਰੀਆਂ ਦੀ ਧਰਤੀ 'ਤੇ ਵੀ ਕੋਈ ਬ੍ਰਹਮ ਗਿਆਨੀ ਹੋ ਸਕਦਾ? ਮੈਂ ਕਿਹਾ ਇਹ ਤਾਂ ਉਹ ਧਰਤੀ ਜਿੱਥੇ ਆ ਕੇ ਬ੍ਰਹਮ ਗਿਆਨੀ ਵੀ ਬ੍ਰਹਮ ਗਿਆਨੀ ਨਹੀਂ ਰਹਿ ਸਕਦਾ ਖਾਲਸਾ ਜੀ, ਜੇ ਗੁਰੂ ਦੀ ਕਿਰਪਾ ਨਾ ਹੋਵੇ ਤਾਂ। ਜੇ ਗੁਰੂ ਦੀ ਕਿਰਪਾ ਨਾ ਹੋਵੇ, ਬ੍ਰਹਮ ਗਿਆਨੀ ਵੀ ਬ੍ਰਹਮ ਗਿਆਨੀ ਨਹੀਂ ਰਹਿ ਸਕਦਾ। ਮਹਾਤਮਾ ਬੁੱਧ ਕੱਪਲ ਵਸਤੂ ਦੀ ਰਿਆਸਤ ਦੇ ਰਾਜੇ ਸ਼ੁਧੋਧਨ ਦਾ ਪੁੱਤਰ ਸੀ। ਜਰਾ ਧਿਆਨ ਦੇਣਾ ਪਵੇਗਾ, ਆਖਿਆ ਗੋਪੀ ਤੇ ਗੋਬਿੰਦ, ਜਰਾ ਧਿਆਨ ਦੇਣਾ ਪਵੇਗਾ, ਮਾਫ ਕਰਨਾ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁੰਨ, ਕੇਤੇ ਕੇਤੇ ਰਤੁ ਸਮੁੱਧ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤਲ ਰਿੰਦ, ਕੇਤੀਆਂ ਸੁਰਤੀ ਸਿਵ, ਕੇਤੇ ਨਾਨਕ ਅੰਤ ਨ ਅੰਤ। ਮਾਫ ਕਰਨਾ ਗੁਰੂ ਕੀ ਸੰਗਤ, ਜਰਾ ਧਿਆਨ ਦੇਣਾ ਪਵੇਗਾ। ਰਾਜ ਘਰਾਣੇ ਦੇ ਵਿੱਚ ਜਨਮ ਹੋਇਆ। ਕੱਲ੍ਹ ਇੱਕ ਕੀਰਤਨ ਦੇ ਵਿੱਚ ਗੱਲ ਚੱਲੀ ਸੀ, ਸੰਤ ਬਣਨ ਵਾਸਤੇ ਕਈ ਜ਼ਿੰਦਗੀਆਂ ਲੱਗ ਜਾਂਦੀਆਂ। ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਇੱਕ ਵਾਰੀ ਕਹਿ ਦਿਓ ਵਹਿਰ, ਜਦ ਬਾਣੀ ਪੜ੍ਹਦੇ ਹਾਂ ਤਾਹਾਂ ਨਿਕਲਦੀਆਂ ਨੇ। ਫਰੀਦ ਵਰਗਿਆਂ ਨੂੰ ਕਹਿਣਾ ਪਿਆ, ਵਾਟ ਹਮਾਰੀ ਖਰੀ ਉੜੀਣੀ, ਖੰਨਿਓ ਤਿੱਖੀ ਬਹੁਤ ਪ੍ਰੀਣੀ, ਮੇਰਾ ਮਾਰਗ ਖੰਡੇ ਦੀ ਧਾਰ ਤੋਂ ਤਿੱਖਾ। ਇਹ ਤਿੱਖਾ ਹੀ ਨਹੀਂ, ਇਹ ਸੂਖਸ਼ਮ ਵੀ ਹੈ, ਇਹ ਬਰੀਕ ਵੀ ਹੈ। ਖੰਨਿਓ ਤਿੱਖੀ ਬਹੁਤ ਪ੍ਰੀਣੀ, ਤਾਂ ਉੱਪਰ ਹੈ ਮਾਰਗ ਮੇਰਾ, ਖੰਡੇ ਦੀ ਧਾਰ 'ਤੇ ਚੱਲਣਾ ਕਿਤੇ ਸੌਖਾ। ਕਹਿ ਫਰੀਦ ਨਾਮ ਸਮਾਲ ਸਵੇਰਾ। ਇੱਕ ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਚਤਰਾਈ ਅੱਤ ਘਣੀ, ਕਹਿੰਦੇ ਇੱਥੇ ਕਲੈਵਰਨੈਸ ਕੰਮ ਨਹੀਂ ਕਰਦੀ। ਇੱਕ ਵਾਰੀ ਕਹਿ ਦਿਓ ਵਹਿਰੂ। ਮੈਨੂੰ ਕਈ ਵਾਰੀ ਇੰਗਲਿਸ਼ ਦੇ ਗੁਰੂ ਦੀ ਕਿਰਪਾ ਨਾਲ ਬਚਨ ਸ਼ਬਦ ਯੂਜ਼ ਕਰਨੇ ਪੈਂਦੇ ਨੇ। ਇੱਥੇ ਦੇ ਬੱਚੇ ਪੜ੍ਹੇ ਲਿਖੇ ਕਈ ਗੱਲਾਂ ਨੂੰ ਫੋਲੋ ਨਹੀਂ ਕਰਦੇ, ਪੰਜਾਬੀ ਨੂੰ, ਪਿਓਰ ਪੰਜਾਬੀ ਨੂੰ। ਕਹਿੰਦੇ ਨੇ ਇਸ ਮਾਰਗ 'ਤੇ ਕਲੈਵਰਨੈਸ ਨਹੀਂ ਚੱਲਦੀ। ਮਾਫ ਕਰਨਾ, ਕਬੀਰ ਚਤਰਾਈ ਅੱਤ ਘਣੀ, ਚਤਰਾਈ ਅੱਤ ਘਣੀ, ਅੱਤ ਘਣੀ ਦਾ ਮਤਲਬ ਕਿ ਬਹੁਤ ਜ਼ਿਆਦਾ। ਕਹਿੰਦਾ ਚਤਰਾਈਆਂ ਨਾਲ ਨਹੀਂ ਇਹ ਤੇਰਾ ਕੁਝ ਬਣਨਾ,
ਹਰ ਜਪ ਹਿਰਦੇ ਮਾਹੇ, ਹਰ ਜਪ ਹਿਰਦੇ ਮਾਹੇ, ਵਾਹਿਗੁਰੂ ਦਾ ਨਾਮ ਹਿਰਦੇ 'ਚ ਜਪ। ਕਹਿੰਦੇ ਜਿਹੜੇ ਮਾਰਗ 'ਤੇ ਤੂੰ ਜਾ ਰਿਹਾ ਨਾ, ਇਹ ਮਾਰਗ ਤਾਂ ਸੂਲੀ ਉੱਪਰ ਖੇਲਣਾ, ਸੂਲੀ ਉੱਪਰ ਖੇਲਣਾ, ਜਿਵੇਂ ਅਸੀਂ ਕਹਿੰਦੇ ਫਾਂਸੀ ਦੇ ਉੱਤੇ ਲਟਕਾ ਦਿੱਤਾ ਗਿਆ, ਮਾਫ਼ ਕਰਨਾ। ਇਹ ਕਹਿੰਦੇ ਸੂਲੀ ਦੇ ਉੱਤੇ ਖੇਡਣ ਵਾਲੀ ਗੱਲ ਹੈ, ਸੂਲੀ ਉੱਪਰ ਖੇਲਣਾ, ਗਿਰੇ ਤੋਂ ਠਹਿਰਨਾ ਠਾਹੇ, ਗਿਰੇ ਤੋਂ ਠਹਿਰਨਾ ਠਾਹੋ, ਮਾਫ਼ ਕਰਨਾ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਹਨੂੰ ਸਮਝਾ ਰਹੇ ਨੇ, ਜਦੋਂ ਬਾਣੀ ਪੜ੍ਹਦੇ ਨਾ ਸਾਡਾ ਮਨ ਇਸ ਕਰਕੇ ਨਹੀਂ ਡਿੱਗਦਾ। ਹਰ ਬੰਦੇ ਦਾ ਨਾ, ਹਰ ਬੰਦੇ ਦਾ ਇੱਕੋ ਹੀ ਸਵਾਲ ਹੈ ਕਿ ਬਾਬਾ ਜੀ ਸਾਡਾ ਮਨ ਨਹੀਂ ਡਿੱਗਦਾ। ਮਾਫ਼ ਕਰਨਾ, ਤੁਸੀਂ ਯੂ ਨੋ ਵੈਰੀ ਵੈਲ, ਜਿਹੜੇ ਬੱਚੇ ਇੱਥੇ ਪੜ੍ਹਦੇ ਆ, ਜਦ ਤੁਸੀਂ ਪੜ੍ਹਾਈ ਪੜ੍ਹਦੇ ਹੋ, ਕੋਈ ਦੁਨਿਆਵੀ ਪੜ੍ਹਾਈ ਹੈ, ਇੱਕ ਵਰਲਡਲੀ ਐਜੂਕੇਸ਼ਨ ਆ, ਜਦੋਂ ਤੁਸੀਂ ਦੁਨਿਆਵੀ ਆਪਣੀਆਂ ਬੁੱਕਸ ਪੜ੍ਹਦੇ ਹੋ, ਐਜੂਕੇਸ਼ਨ ਨਾਲ ਰਿਲੇਟਡ ਬੁੱਕਸ ਪੜ੍ਹਦੇ ਹੋ, ਅਤੇ ਜਦ ਤੱਕ ਤੁਸੀਂ ਧਿਆਨ ਦੇ ਕੇ ਨਾ ਪੜ੍ਹਦੇ, ਤੁਹਾਨੂੰ ਤੁਹਾਨੂੰ ਯਾਦ ਨਹੀਂ ਹੋ ਸਕਦਾ, ਤੁਸੀਂ ਰਿਮੈਂਬਰ ਨਹੀਂ ਕਰ ਸਕਦੇ। ਇੱਕ ਵਾਰੀ ਕਹਿ ਦਿਓ ਵੈਰ। ਕਈ ਵਾਰੀ ਆਪਾਂ ਬੁੱਕ ਨੂੰ ਪੜ੍ਹੀ ਜਾਂਦੇ ਹਾਂ, ਕਿਤਾਬ ਨੂੰ ਪੜ੍ਹੀ ਜਾਂਦੇ ਹਾਂ, ਉਹ ਪੜ੍ਹ ਕੇ ਅਸੀਂ ਕਹਿੰਦੇ ਹਾਂ ਸਾਨੂੰ ਭੁੱਲ ਗਿਆ, ਪੜ੍ਹਿਆ ਤਾਂ ਆਪਾਂ ਹੈ ਹੀ ਨਹੀਂ। ਇੱਕ ਵਾਰੀ ਕਹਿ ਦਿਓ ਵੈਰੂ, ਇੱਕ ਵਾਰੀ ਫਿਰ ਕਹਿ ਦਿਓ ਵੈਰੂ, ਆਪਾਂ ਤਾਂ ਉੱਤੋਂ ਲੰਘ ਗਏ, ਮਾਫ਼ ਕਰਨਾ, ਪੜ੍ਹ ਕੇ ਉੱਤੋਂ ਲੰਘ ਗਏ। ਪਰ ਜਦੋਂ ਅਸੀਂ ਬਾਣੀ ਨੂੰ ਵਿਚਾਰ ਦੇ ਨਾਲ ਪੜ੍ਹਾਂਗੇ ਨਾ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ, ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ, ਜਿਸ ਕਾ ਸਬਸ ਆਧਾਰੋ। ਜਦੋਂ ਅਸੀਂ ਵਿਚਾਰ ਨਾਲ ਪੜ੍ਹਾਂਗੇ, ਜੇ ਕੋਈ ਖਾਵੈ, ਰੋਟੀ ਆਪਾਂ ਸਾਰੇ ਖਾ ਲੈਂਦੇ ਹਾਂ, ਕਈ ਵਾਰੀ ਖਾਧੀ ਰੋਟੀ ਸਾਨੂੰ ਬਾਬਾ ਪਚਦੀ ਨਹੀਂ। ਜੇ ਕੋਈ ਖਾਵੈ ਜੇ ਕੋਈ ਪੁੰਚੈ, ਤਿਸਕਾ ਹੋਏ ਉਧਾਰੋ। ਰੋਟੀ ਕਿਹੜੀ ਸਰੀਰ ਦੇ ਉੱਤੇ ਅਸਰ ਕਰਦੀ ਆ? ਜਿਹੜੀ ਖਾ ਕੇ ਅਤੇ ਡਾਈਜੈਸਟ ਹੋ ਜੇ, ਪਚ ਜੇ, ਅਤੇ ਜਿਹੜੀ ਰੋਟੀ ਖਾਧੀ ਅਤੇ ਲੂਜ ਮੋਸ਼ਨ ਲੱਗੇ ਹੋਣ, ਤਾਂ ਤੁਹਾਡਾ ਕੀ ਖਿਆਲ, ਉਸ ਰੋਟੀ ਦਾ ਕੀ ਅਸਰ ਹੈ? ਇਸੇ ਤਰ੍ਹਾਂ ਵਾਹਿਗੁਰੂ ਦਾ ਜਪਿਆ ਨਾਮ ਜਦੋਂ ਅਸੀਂ ਵਿਚਾਰ ਨਾਲ ਪੜ੍ਹਦੇ ਹਾਂ, ਮਨ ਟਿਕਾ ਕੇ ਪੜ੍ਹਦੇ ਹਾਂ, ਜਾਪ ਕਰਦੇ ਹਾਂ, ਉਹ ਜਪਿਆ ਨਾਮ ਸਾਡਾ ਪਰਿਪੂਤ ਹੁੰਦਾ। ਰਾਮ ਰਾਮ ਸਭ ਕੋ ਕਹੇ, ਕਹਿ ਦਿਓ ਵਾਹਿਗੁਰੂ ਰਾਮ ਰਾਮ ਸਰ ਕਹਿੰਦੇ ਰਾਮ 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 ਕੋਈ ਕਰੀ ਜਾਂਦੇ ਹਾਂ, ਜਾਪ ਕਰੀ ਜਾਂਦੇ ਹਾਂ ਜੀ, ਮਨ ਸਾਡਾ ਚਾਰ ਸਿਰੇ ਦੌੜਿਆ ਫਿਰਦਾ। ਰਾਮ ਰਾਮ ਸਭ ਕੋ ਕਹੇ ਬਾਣੀ ਹੈ ਜੀ, ਰਾਮ ਰਾਮ ਸਭ ਕੋ, ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਕਹਿਆ ਰਾਮ ਨਾ ਹੋਏ। ਕਹਿੰਦੇ ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਦਰਗਹਿ ਜਾਪੈ ਸੋਏ। ਗੁਰੂ ਦੀ ਕਿਰਪਾ ਨਾਲ ਜਿਹੜਾ ਨਾਮ ਮਨ ਦੇ ਵਿੱਚ ਵਸ ਗਿਆ ਨਾ, ਜਪ ਕਰਦੇ ਕਰਦੇ, ਕਹਿੰਦੇ ਉਹ ਦਰਗਾਹ ਦੇ ਵਿੱਚ ਉਹ ਪ੍ਰਮਾਣ ਹੋਣਾ ਹੈ। ਤੰਦਰਗੇ ਜਾਪੇ ਸੋਏ, ਦਾਸ ਅਰਜ ਕਰ ਰਿਹਾ ਸੀ। ਬਾਣੀ ਜਿਵੇਂ ਪੜ੍ਹਦੇ ਹੋ, ਸੋਚ ਆਪੇ ਕਰਦੇ ਹਾਂ। ਸੋਚਿਆ ਸੋਚਣਾ ਹੋਵੇ ਜੇ, ਸੋਚੀ ਲਗਵਾਰ 'ਚ ਬਚਪਨ ਹੋਵੇ ਜੇ, ਲਾ ਰਹੇ ਤਰ ਭੁੱਖੇ ਭੁੱਖਣ ਦੀ ਬੰਨਾ ਪਰੇ ਪਾਰਸਾ ਚੱਲਣ ਨਾਲ ਉਹ ਕਰਦੇ ਕਦੇ ਬਾਣੀ ਪੜ੍ਹੋ, ਓਹੋ ਕਿੱਥੇ ਪਹੁੰਚ ਗਈ, ਜਿੰਨੀ ਨਾਮ 'ਤੇ ਆਇਆ ਗਿਆ, ਮੈਂ ਸਗੋਂ ਭੁੱਖ ਬਹਿ ਗਿਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਈ ਵਾਰੀ ਅਸੀਂ ਪਾਠ ਕਰਦੇ ਕਰਦੇ ਨੀਂਦ ਆ ਗਈ, ਕਹਿ ਦਿਓ ਵਾਹਿਗੁਰੂ। ਇੱਕ ਫਿਰ ਕਹਿ ਦਿਓ ਵਾਹਿਗੁਰੂ। ਪਾਠ ਕਰਦੇ ਕਰਦੇ ਨੀਂਦ ਆ ਗਈ, ਜਿੰਨੀ ਨਾਮ 'ਤੇ ਗੁਟਕਾ ਅੱਗੇ ਪਿਆ ਹੁੰਦਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਠੀਕ ਹੈ, ਉਹ ਤੁਸੀਂ ਬੋਲਦੇ ਕਿਉਂ ਨਹੀਂ? ਹਾਂਜੀ ਨਹੀਂ, ਮਹਾਰਾਜ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਐ ਸੰਤੋ, ਐ ਮਿੱਤਰੋ, ਐ ਗੁਰੂ ਪਿਆਰਿਓ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ, ਸਾਵਧਾਨ ਇਕਾਗਰ ਚੀਤ, ਮਾਫ਼ ਕਰਨਾ, ਅਲਰਟ ਹੋ ਕੇ, ਅਲਰਟ ਅਤੇ ਐਕਟਿਵ ਹੋ ਕੇ, ਕਿ ਤੁਹਾਡਾ ਮਨ ਕਿਸੇ ਪਾਸੇ ਦੌੜਦਾ ਤਾਂ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਬਾਣੀ ਨੂੰ ਵਿਚਾਰ ਕੇ ਪੜ੍ਹਨ ਦੀ ਕੋਸ਼ਿਸ਼ ਕਰੋ। ਇਹ ਮਨ ਪਿਆਰਿਆ, ਇੱਥੇ ਰੁਕ ਜਾਓ, ਇਹ ਮਨ ਪਿਆਰਿਆ, ਸਮਝ ਗਿਆ? ਉਹ ਸਾਧ ਸੰਗਤ ਜੀ, ਜਿਹੜਾ ਬੰਦਾ ਬਾਣੀ ਪੜ੍ਹਦਾ ਨਾ, ਉਹਨੂੰ ਬਾਣੀ ਦੇ ਅਰਥ ਕਰਨ ਦੀ ਅਤੇ ਅਰਥ ਪੁੱਛਣ ਦੀ ਲੋੜ ਹੀ ਨਹੀਂ ਹੈਗੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜੇ ਕਿਸੇ ਨੂੰ ਕੋਲ ਅਰਥ ਪੁੱਛਣ ਦੀ ਲੋੜ ਹੁੰਦੀ, ਤਾਂ ਫਿਰ ਮਾਰ ਇੰਨੀ ਸੌਖੀ ਬੋਲੀ ਦੇ ਵਿੱਚ
ਸਾਡੀ ਬੋਲੀ 'ਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਸਾਰੇ ਪੜ੍ਹੋ ਜੀ, ਇਹ ਮਨ ਪਿਆਰਿਆ, ਇਹਦਾ ਮਤਲਬ ਤਾਂ ਇਹੀ ਹੈ ਨਾ, ਮੇਰੇ ਪਿਆਰੇ ਮਨ, ਠੀਕ ਗੱਲ ਹੈ ਜੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਸੰਭਾਲੇ, ਤੂੰ ਸੱਚ ਦਾ ਸਿਮਰਨ ਕਰ। ਸੱਚ ਕੀ ਹੈ? ਅਸੱਚ ਯੁਗ ਅਸੱਚ ਹੈ ਵੀ ਸੱਚ। ਫਿਰ ਇਹਨੂੰ ਕਿਹਾ, ਇਹ ਪਰਿਵਾਰ ਤੂੰ ਜੀ ਦੇਖਦਾ, ਦੱਸੋ ਇਹਦੇ ਅਰਥ ਕਰਨ ਦੀ ਲੋੜ ਹੈ? ਉਹ ਤੁਸੀਂ ਬੋਲਦੇ ਕਿਉਂ ਨਹੀਂ ਸਤਸੰਗ ਜੀ? ਇਹਦੇ ਅਰਥ ਕਰਨ ਦੀ ਲੋੜ ਹੈ ਕਿਉਂ ਢਾਡੀ ਸਾਹਿਬ? ਇਹ ਪਰਿਵਾਰ ਤੂੰ ਜੀ ਦੇਖਦਾ, ਇਹ ਜੋ ਤੂੰ ਆਪਣਾ ਪਰਿਵਾਰ ਦੇਖ ਰਿਹਾ, ਚੱਲੇ ਨਾਹੀਂ ਤੇਰੇ ਨਾਲੇ, ਚੱਲੇ ਨਾਹੀਂ ਤੇਰੇ ਨਾਲੇ। ਫਿਰ ਕਹਿੰਦੇ ਸਾਥ ਤੇਰੇ ਚੱਲੇ ਨਾਹੀਂ, ਐਂ ਪੜ੍ਹੋ ਸਾਥ ਤੇਰੇ, ਫਿਰ ਮਨ ਭੱਜੂਗਾ। ਆਹ ਬੋਲਦੇ ਕਿਉਂ ਨਹੀਂ? ਸਾਥ ਤੇਰੇ ਚੱਲੇ ਨਾਹੀਂ, ਅੱਗੇ ਕਹਿੰਦੇ ਤਿਸ ਨਾਲ ਕਿਉਂ, ਇੱਥੇ ਰੁਕ ਜਾਓ, ਤਿਸ ਨਾਲ ਕਿਉਂ ਚਿੱਤ ਲਾਈਏ, ਜਿਹਨੇ ਨਾਲ ਹੀ ਜਾਣਾ ਉਹਦੇ ਚਿੱਤ ਮਾਫ਼ ਕਰਨਾ ਗੁਰੂ ਕੀ ਸੰਗਤ। ਖੈਰ ਪੂਰਨ ਬਰਾਕ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ, ਮੱਛੀ ਦਾ ਜੀਵਨ ਪਾਣੀ, ਰਹਿੰਦੀ ਪਾਣੀ 'ਚ, ਪੀਂਦੀ ਪਾਣੀ, ਉਹਦੇ ਪੇਟ 'ਚ ਪਾਣੀ, ਉਹਦੇ ਸਰੀਰ ਤੋਂ ਬਾਹਰ ਵੀ ਪਾਣੀ 'ਚ ਰਹਿੰਦੀ, ਪਰ ਜਦੋਂ ਪਾਣੀ ਤੋਂ ਜੁਦਾ ਹੁੰਦੀ ਆ ਮੱਛੀ, ਜਦੇ ਪ੍ਰਾਣ ਤਿਆਗ ਦਿੰਦੀ। ਇੱਕ ਵਾਰੀ ਕਹਿ ਦਿਓ ਫਿਰ, ਜਿਵੇਂ ਮੱਛੀ ਨੇ ਪਾਣੀ 'ਚ ਰਹਿਣਾ, ਮੱਛੀ ਦਾ ਜੀਵਨ ਪਾਣੀ ਦੇ ਵਿੱਚ ਰਹਿ ਕੇ ਆ, ਇਵੇਂ ਸਿੱਖ ਦਾ ਜੀਵਨ ਗੁਰੂ ਦੇ ਵਿੱਚ ਰਹਿ ਕੇ ਆ। ਖਾਲਸਾ ਜੀ, ਐਵੇਂ ਥੋੜ੍ਹਾ ਕਿਹਾ ਸੀ, ਖਾਲਸੋ ਮੇਰਾ ਰੂਪ ਹੈ ਖਾਸ, ਖਾਲਸੋ ਮੈਂ, ਖਾਲਸੋ ਮੈਂ ਕਰੂੰ ਨਿਵਾਸ। ਜਿਵੇਂ ਮੱਛੀ ਦਾ ਵਾਸਾ ਪਾਣੀ 'ਚ ਹੈ, ਇਵੇਂ ਸਿੱਖਾ ਤੇਰੇ ਵਿੱਚ ਗੁਰੂ ਦਾ ਵਾਸਾ ਹੋ ਜਾਏਗਾ, ਮੇਰੇ ਪਾਤਸ਼ਾਹ ਇਹਦੇ 'ਤੇ ਕਿਰਪਾ ਕਰ ਰਹੇ ਨੇ। ਮੁੱਕਦੀ ਗੱਲ ਕੀ ਸਤਸੰਗ ਜੀ? ਜਿਵੇਂ ਮੱਛੀ, ਉਹਦਾ ਜੀਵਨ ਹੀ ਪਾਣੀ, ਸਿੱਖ ਦਾ ਜੀਵਨ ਹੀ ਬਾਣੀ, ਸਿੱਖ ਦਾ ਜੀਵਨ ਹੀ ਗੁਰੂ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਇਹਨੇ ਗੁਰੂ ਨਾਲ ਜੁੜਨਾ। ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਨਾਹੀਂ ਮੈਂ ਹੋਰ, ਮੇਰਾ ਗੁਰੂ ਤੋਂ ਬਿਨਾ ਕੋਈ ਨਹੀਂ। ਪਰ ਆ ਜਿਹੜਾ ਧਿਆਨ ਦੇਣਾ ਪਵੇਗਾ, ਪੂਰਨ ਬਰਾਗ, ਰਾਜ ਘਰਾਨੇ ਦੇ ਵਿੱਚ ਜੰਮਿਆ ਮਹਾਤਮਾ ਬੁੱਧ। ਅਸੀਂ ਜਿਹੜਾ ਭਜਨ ਕਰਦੇ ਹਾਂ ਨਾ, ਇੱਕ ਵਾਰੀ ਕਹਿ ਦਿਓ ਬਹਿਰੂ, ਇੱਕ ਵਾਰੀ ਫਿਰ ਕਹਿ ਦਿਓ ਬਹਿਰੂ, ਤੁਸੀਂ ਚੱਲ ਪੈ, ਤੁਸੀਂ ਤੁਰ ਪੈ, ਤੁਸੀਂ ਤੁਰ ਪੈ। ਇੱਕ ਆਪ ਜੀ ਨੂੰ ਬਚਨ ਸੁਣਾਈਏ, ਸੰਤ ਬਾਬਾ ਮੀਹਾਂ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਖਾਂ ਦੇ ਕੋਲ ਗਏ, ਆਖਿਆ ਬਾਬਾ ਜੀ ਕੋਈ ਨਾਮ ਦੀ ਕਿਰਪਾ ਕਰੋ, ਕੋਈ ਸਿਮਰਨ ਦੀਆਂ ਜੁਗਤੀਆਂ ਬਖਸ਼ੋ। ਮਹਾਂਪੁਰਖ ਰਾੜੇ ਵਾਲੇ ਲੱਗੇ ਕਹਿਣ, ਕਹਿਣ ਲੱਗੇ, ਉਹ ਮੀਹਾਂ ਸਿਆਂ ਤੇਰਾ ਸੰਬੰਧ ਬਾਬਾ ਆਨੰਦ ਸਿੰਘ ਨਾਲ ਹੈ, ਤੂੰ ਕਿਰਪਾ ਤਾਂ ਤੇਰੇ 'ਤੇ ਅਸੀਂ ਵੀ ਕਰ ਸਕਦੇ, ਪਰ ਤੂੰ ਉੱਥੇ ਤੁਰ ਜਾ, ਤੇਰੀ ਛੇਤੀ ਗੱਲ ਬਣ ਜਾਏਗੀ, ਤੇਰੀ ਛੇਤੀ ਗੱਲ ਬਣ ਜਾਏਗੀ, ਤੂੰ ਉੱਥੇ ਤੁਰ ਜਾ, ਤੇਰੀ ਛੇਤੀ ਗੱਲ ਬਣ ਜਾਏਗੀ, ਤੂੰ ਉੱਥੇ ਚਲਾ ਜਾ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ? ਜਿਹੜਾ ਧਿਆਨ ਦੇਣਾ ਪਵੇਗਾ, ਸਖੀਏ ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ, ਇਹੋ ਅਚਾਰਾ ਸਿੱਖਰੀ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ? ਜਿਹੜਾ ਧਿਆਨ ਦੇਣਾ ਪਵੇਗਾ। ਮਹਾਰਾਜ ਫਰਮਾਉਂਦੇ ਨੇ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਿਖਿਆ, ਆਖੇ ਬ੍ਰਹਮ, ਆਖੇ ਇੰਦ, ਆਖੇ ਗੋਪੀ ਤੇ ਗੋਬਿੰਦ, ਆਖੇ ਈਸਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਬੁੱਧ ਨੇ ਕੀ ਆਖਿਆ? ਆਓ ਜਰਾ ਵਿਰਾਗ ਤੇ ਪਿਆਰ ਦੀ ਗੱਲ ਕਰਦੇ ਹਾਂ। ਆਖੇ ਕੀਤੇ ਕੀਤੇ, ਸਾਰੇ ਪੜ੍ਹੋ, ਆਖੇ ਕੀਤੇ ਕੀਤੇ। ਅਤੇ ਅੱਜ ਸਾਡੇ ਵਰਗੇ ਕਹਿੰਦੇ ਨੇ ਜੀ, ਕੱਚੀ ਬਾਣੀ 'ਚ ਜੇ ਗੌਤਮ ਬੁੱਧ ਦਾ ਨਾਂ ਹੀ ਕੱਚਾ ਸੀ ਬੁੱਧ ਦਾ, ਤਾਂ ਉਹਦਾ ਨਾਂ ਬਾਣੀ ਵਿੱਚ ਦਰਜ ਕਰਨ ਦੀ ਕੀ ਲੋੜ ਸੀ? ਆਖਿਆ ਕੀਤੇ ਕੀਤੇ ਬੁੱਧ, ਬੁੱਧ ਨੇ ਕੀ ਆਖਿਆ? ਮੁੱਕਦੀ ਗੱਲ ਕੀ ਸਤਸੰਗ ਜੀ? ਕਪਲ ਵਸਤੂ ਦੀ ਰਿਆਸਤਾਂ ਮੁਲਕ ਰਿਆਸਤਾਂ ਦੇ ਵਿੱਚ ਸੀ, ਸਟੇਟਾਂ ਬਾਅਦ 'ਚ ਆਈਆਂ ਨੇ, ਪਹਿਲਾਂ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸਨ। ਹਿੰਦੁਸਤਾਨ ਦੀਆਂ 365 ਰਿਆਸਤਾਂ ਸਨ ਕਿਸੇ ਜ਼ਮਾਨੇ 'ਚ।
ਅੱਜ ਸ਼ਾਇਦ 24 ਜਾਂ 25 ਸਟੇਟਾਂ ਨੇ। ਕਹਿੰਦੇ ਨੇ ਜਦੋਂ ਬੜੇ ਪੁੰਨ ਦਾਨ ਕੀਤੇ ਰਾਜੇ ਸ਼ੁਧੋਦਨ ਨੇ, ਉਹਦੇ ਘਰ ਮਹਾਤਮਾ ਬੁੱਧ ਦਾ ਜਨਮ ਹੋਇਆ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, ਆਪਾਂ ਖੁਸ਼ੀ ਕਰਦੇ ਹਾਂ, ਸੱਦਦੇ ਹਾਂ, ਮਰਦੇ ਚਰਨ ਪਵਾਉਂਦੇ ਹਾਂ, ਸੋਹਣੀ ਸਾਹਿਬ ਦਾ ਪਾਠ ਕਰਾ ਲੈਂਦੇ ਹਾਂ, ਜਿਨ ਮੁੱਕਦੀ ਗੱਲ ਕੀ ਕੋਈ ਅਖੰਡ ਪਾਠ ਸਾਹਿਬ ਕਰਵਾ ਲੈਂਦਾ, ਮੇਰੇ ਘਰ ਭਚੰਗੀ ਨੇ ਜਨਮ ਲਿਆ। ਇੱਕ ਵਾਰੀ ਕਹਿ ਦਿਓ ਬਾਹਰ, ਮੇਰੇ ਘਰ ਭਚੰਗੀ ਨੇ ਜਨਮ ਲਿਆ। ਵਕਤ ਦਾ ਬਾਦਸ਼ਾਹ ਕਹਿੰਦੇ ਨੇ ਬੜੇ ਬੜੇ ਮਹਾਂਪੁਰਖ ਸੱਦਿਆ। ਇੱਕ ਵਾਰੀ ਕਹਿ ਦਿਓ ਬਾਹਰ, ਇੱਕ ਵਾਰੀ ਫਿਰ ਕਹਿ ਦਿਓ, ਬੜੇ ਬੜੇ ਮਹਾਂਪੁਰਖ ਸੱਦੇ। ਉੱਥੇ ਇੱਕ ਸੀਤੇ ਨਾਂ ਦਾ ਮਹਾਂਪੁਰਸ਼ ਸੀ, ਬੜੀ ਕਮਾਈ ਵਾਲਾ ਸਾਧੂ ਸੀ। ਰਾਜੇ ਸ਼ੁਧੋਦਨ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਬੱਚੇ ਦੇ ਬਾਰੇ ਦਾ ਕੋਈ ਫਿਊਚਰ ਦੱਸੋ, ਤੁਸੀਂ ਅੰਤਰਜਾਮੀ ਹੋ, ਇਹਦਾ ਫਿਊਚਰ ਦੱਸੋ। ਮੁੱਕਦੀ ਗੱਲ ਕੀ ਸਤਸੰਗ ਜੀ, ਸੀਤੇ ਨਾਂ ਦੇ ਮਹਾਂਪੁਰਸ਼ ਨੇ ਮਹਾਤਮਾ ਬੁੱਧ ਦੇ ਮੱਥੇ ਦੀਆਂ ਲਿਖਾਵਾਂ ਪੜ੍ਹੀਆਂ। ਇਹ ਤਾਂ ਬਾਣੀ ਵੀ ਕਹਿੰਦੀ, ਜੈਸੀ ਕਲਮ ਬੁੜੀ ਹੈ ਮਾਫ਼ ਕਰਨਾ ਤੈਸੀ ਜੀੜੇ ਪਾਸ। ਜੋ ਮੱਥੇ 'ਤੇ ਲਿਖਿਆ ਨਾ, ਉਹ ਜੀਵ ਦੇ ਨਾਲ ਚੱਲਦਾ ਸਾਰੀ ਜ਼ਿੰਦਗੀ। ਇੱਕ ਵਾਰੀ ਕਹਿ ਦਿਓ ਬਹਿਰੂ, ਇੱਕ ਵਾਰੀ ਫਿਰ ਕਹਿ ਦਿਓ ਬਹਿਰੂ, ਇੱਕ ਵਾਰੀ ਫਿਰ ਕਹਿ ਦਿਓ ਬਹਿਰੂ। ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, ਤੁਹਾਨੂੰ ਵਾਰ ਵਾਰ ਕਿਉਂ ਕਿਹਾ ਜਾਂਦਾ? ਕੋਹ ਵਾਹਿਗੁਰੂ ਕਹਿ ਦਿਓ ਬਹਿਰੂ, ਕਹਿ ਦਿਓ ਬਹਿਰੂ, ਕਹਿ ਦਿਓ ਬਹਿਰੂ। ਇਹ ਤੁਹਾਡੀ ਜ਼ਿੰਦਗੀ ਦਾ ਬੈਲੈਂਸ ਇਕੱਠਾ ਕੀਤਾ ਜਾ ਰਿਹਾ ਕਿ ਤੁਹਾਡਾ ਇੰਨਾ ਜਾਪ ਹੋ ਗਿਆ, ਇੰਨਾ ਜਾਪ ਹੋ ਗਿਆ। ਇੱਕ ਰੁਪਈਏ 'ਚ ਇੱਕ ਜੋੜ ਦਿਉ, ਦੋ ਹੋ ਗਏ, ਦੋ ਨਾਲ ਇੱਕ ਹੋਰ ਜੋੜ ਦਿਉ, ਤਿੰਨ ਜੋੜ ਹੋ ਗਏ, ਤਿੰਨ 'ਚ ਇੱਕ ਹੋਰ ਜੋੜ ਦਿਉ, ਚਾਰ ਹੋ ਗਏ, ਪੰਜ ਹੋ ਗਏ। ਮੁੱਕਦੀ ਗੱਲ ਕਿ ਜੇ 100 ਚੁੱਕ ਕੱਢਦੀ ਹੈ, ਤੁਹਾਨੂੰ 100 ਨਹੀਂ ਕਹਿ ਸਕਦੇ, 99 ਰਹਿ ਗਿਆ, 99 ਰਹਿ ਗਿਆ। ਇਹ ਜਿਹੜਾ ਜਾਪ ਆ, ਪਰ ਕਹਿੰਦੇ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਂਸ 'ਤੇ ਤਾਂ ਹੀ ਉਭਾਰਾ। ਮੁੱਕਦੀ ਗੱਲ ਕੀ ਸੀਤੇ ਨਾਂ ਦੇ ਮਹਾਂਪੁਰਸ਼ ਨੇ ਮਹਾਤਮਾ ਬੁੱਧ ਦੀ ਮੱਥੇ ਦੀਆਂ ਰਖਾਵਾਂ ਪੜ੍ਹੀਆਂ। ਆਉਣ ਵਾਲਾ ਭਵਿੱਖਤ ਫਿਊਚਰ ਤੱਕਿਆ, ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਜਦੋਂ ਉਹ ਬੜਾ ਖੁਸ਼ ਹੋਇਆ ਤਾਂ ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, 2 ਮਿੰਟ ਦੇ ਅੰਦਰੇ ਅੰਦਰੇ ਉਹਦੇ ਚਿਹਰੇ 'ਤੇ ਉਦਾਸੀ ਆ ਗਈ। ਇਕਲੌਤਾ ਪੁੱਤਰ ਹੋਵੇ, ਕੋਈ ਘਰ 'ਚੋਂ ਮਹਾਂਪੁਰਖ ਆਇਆ ਹੋਵੇ, ਕਮਾਈ ਵਾਲਾ, ਉਹ ਖੁਸ਼ ਹੋਵੇ ਅਤੇ ਫਿਰ ਉਦਾਸੀ ਆ ਜਾਵੇ, ਅਤੇ ਪਰਿਵਾਰ ਨੂੰ ਫਿਕਰ 'ਤੇ ਪੈ ਜਾਂਦਾ, ਪਤਾ ਨਹੀਂ ਕੀ ਗੱਲ ਆ। ਰਾਜੇ ਸ਼ੁਧੋਦਨ ਨੇ ਪੁੱਛਿਆ, ਮਹਾਰਾਜ ਮਹਾਤਮਾ ਜੀ, ਪਹਿਲਾਂ ਤੁਸੀਂ ਬੜੇ ਖੁਸ਼ ਹੋਏ, ਫਿਰ ਪਹਿਲਾਂ ਤੁਸੀਂ ਬੜੇ ਖੁਸ਼ ਹੋਏ, ਫਿਰ ਤੁਸੀਂ ਉੱਚੀ ਉੱਚੀ ਰੋਣ ਲੱਗ ਪਏ, ਇਹਦਾ ਮਤਲਬ ਕੀ ਆ? ਤੁਹਾਡੇ ਚਿਹਰੇ 'ਤੇ ਉਦਾਸੀ ਆ ਗਈ। ਹਾਂ, ਗੱਲ ਵਿਰਾਗ 'ਤੇ ਚੱਲੀ ਆ। ਵਿਰਾਗੀ ਪੁਰਸ਼ ਨੂੰ ਰੋਕ ਨਹੀਂ ਸਕਦਾ ਕੋਈ। ਇੱਕ ਵਾਰੀ ਕਹਿ ਦਿਓ ਬਹਿਰੂ, ਇੱਕ ਵਾਰੀ ਕਹਿ ਦਿਓ ਬਹਿਰੂ, ਵਿਰਾਗੀ ਪੁਰਸ਼ ਨੂੰ ਕੋਈ ਰੋਕ ਨਹੀਂ ਸਕਦਾ। ਅਨੰਦਪੁਰ ਦੀ ਧਰਤੀ 'ਤੇ ਜਦੋਂ ਖਾਲਸਾ ਪੰਥ ਸਾਜਿਆ, ਕਹਿੰਦੇ ਪੰਜ ਉੱਠੇ, ਵਿੱਚ ਭਾਈ ਦਇਆ ਸਿੰਘ ਹੋਰਾਂ ਦੀ ਫੋਟੋ ਹੈ, ਪਰ ਉੱਠੋ ਕੋਈ। ਇੱਕ ਵਾਰੀ ਕਿਹਾ, ਦੂਜੀ ਵਾਰੀ ਕਿਹਾ, ਕੋਈ ਨਹੀਂ ਉੱਠਿਆ। ਮਾਰਨਾ ਕਹੋ, ਧਰਮ ਖਤਰੇ 'ਚ ਆ। ਇੱਕ ਵਾਰੀ ਕਹਿ ਦਿਓ ਬਹਿਰੂ, ਮੈਂ ਇੱਕ ਦਿਨ ਕੀਰਤਨ 'ਚ ਬੋਲ ਰਿਹਾ ਸਾਂ, ਹਿੰਦੂ ਵੀਰੋ, ਉਦੋਂ ਹਿੰਦੂ ਹੀ ਧਰਮ ਸੀ। ਇੱਕ ਵਾਰੀ ਕਹਿ ਦਿਓ ਬਹਿਰੂ, 9ਵੇਂ ਪਾਤਸ਼ਾਹ ਦੀ ਸ਼ਹੀਦੀ ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਹੋਈ ਸੀ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਸਾਜਿਆ ਸੀ। ਜੇ ਹਿੰਦੂ ਆਪਣਾ ਧਰਮ ਬਚਾ ਸਕਦੇ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਨੂੰ ਖਾਲਸਾ ਪੰਥ ਸਜਾਉਣ ਦੀ ਲੋੜ ਕੀ ਸੀ? ਖਾਲਸਾ ਜੀ, ਇੱਕ ਵਾਰੀ ਕਹਿ ਦਿਓ ਬਹਿਰੂ, ਜਰਾ ਧਿਆਨ ਦੇਣਾ ਪਵੇਗਾ। ਹਜ਼ੂਰ ਨੇ ਜਦੋਂ ਤੀਜੀ ਵਾਰੀ ਕਿਹਾ, ਗੁਰੂ ਨਾਨਕ ਦੀਆਂ ਸੰਗਤਾਂ, ਲੱਗਦਾ ਧਰਤੀ ਸੂਰਮਿਆਂ ਤੋਂ ਖਾਲੀ ਹੋ ਗਈ ਹੈ, ਲੱਗਿਆ ਲੱਗਦਾ ਕਿ ਰਾਮ ਚੰਦਰ ਅਤੇ ਕ੍ਰਿਸ਼ਨ ਦੀ ਧਰਤੀ 'ਤੇ ਅੱਜ ਕੋਈ ਸੂਰਮਾ, ਸੂਰਵੀਰ ਜਾਂ ਯੋਧਾ ਨਹੀਂ ਰਿਹਾ। ਕੋਈ ਉੱਠੋ ਬਈ, ਬਾਂਹ ਖੜੀ ਕਰਕੇ ਆਖਿਆ, ਭਾਈ ਦਇਆ ਰਾਮ ਨੇ, ਮੈਂ ਤਿਆਰ ਹਾਂ ਜੀ। ਇੱਕ ਵਾਰੀ ਕਹਿ ਦਿਓ ਬਹਿਰੂ, 5 ਵਿਰਾਗੀ ਅੱਗੇ ਵਧੇ, 80,000 ਦੀ ਗਿਣਤੀ ਦੇ ਵਿੱਚੋਂ। ਮੁੱਕਦੀ ਗੱਲ ਕੀ ਸੀਤੇ ਨਾਂ ਦੇ ਮਹਾਂਪੁਰਖ ਨੇ ਆਖਿਆ, ਸ਼ੁਧੋਦਨ ਮੈਂ ਇਸ ਕਰਕੇ ਖੁਸ਼ ਹੋਇਆ
ਇਸ ਬੱਚੇ ਦੀ ਗਿਆਨ ਰੇਖਾ ਤੇ ਕਰਮ ਰੇਖਾ ਇੱਕ ਵਾਰੀ ਕਹਿੰਦੇ ਬਾਰੂ, ਗਿਆਨ ਰੇਖਾ ਤੇ ਕਰਮ ਰੇਖਾ ਦੱਸਦੀ ਆ ਕਿ ਜੇ ਇਹ ਰੱਬ ਵਾਲੇ ਪਾਸੇ ਲੱਗ ਗਿਆ ਇਹ ਬਹੁਤ ਵੱਡਾ ਮਹਾਂਪੁਰਖ ਬਣੇਗਾ। ਇੱਕ ਵਾਰੀ ਕਹਿੰਦੇ ਬਾਰੂ, ਇਹ ਬਹੁਤ ਵੱਡਾ ਮਹਾਂਪੁਰਖ ਬਣੇਗਾ, ਬਹੁਤ ਵੱਡਾ ਮਹਾਂਪੁਰਖ। ਪਰ ਜੇ ਇਹ ਦੁਨਿਆਵੀ ਪਾਸੇ ਲੱਗ ਗਿਆ ਇੱਕ ਬਹੁਤ ਵੱਡਾ ਚੱਕਰਵਰਤੀ ਰਾਜਾ ਬਣੇਗਾ। ਪਰ ਸ਼ੁਧੋਦਨ ਨੇ ਪੁੱਛਿਆ, ਤੁਸੀਂ ਰੋਏ ਕਿਉਂ? ਆਖਿਆ ਰਾਜਨ, ਆਖਿਆ ਕਿਤੇ ਕੀਤੇ ਬੁੱਧ, ਆਖਿਆ ਕਿਤੇ ਕੀਤੇ ਬੁੱਧ ਨੇ ਕੀ ਆਖਿਆ ਬਈ? ਆਖਿਆ ਕਿਤੇ ਕੀਤੇ, ਆਖਿਆ ਕਿਆ ਨਾ, ਕੀ ਆਖਿਆ ਬੁੱਧ ਨੇ, ਕੀ ਆਖਿਆ? ਅੱਜ ਦੀ ਵਿਚਾਰ ਇੱਥੇ ਹੀ ਹੈ, ਇੱਕ ਵਾਰੀ ਕਹਿ ਦੇ ਬਾਰੂ, ਆਖਿਆ ਕਿਤੇ ਕੀਤੇ। ਆਪਾਂ ਤਾਂ ਰੋਜ਼ ਪੜ੍ਹੀ ਜਾਂਦੇ ਹਾਂ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਪਾਸਾ ਹੋਏ। ਆਖਿਆ ਜੀ ਤੁਸੀਂ ਰੋਏ ਕਿਉਂ? ਸੀਤੇ ਨਾਂ ਦੇ ਮਹਾਂਪੁਰਸ਼ ਨੇ ਆਖਿਆ, ਆਖਿਆ ਸ਼ੁਧੋਦਨ ਇਹਦੀ ਕਰਮ ਰੇਖਾ ਨਾਲ ਗਿਆਨ ਰੇਖਾ ਪਲਵਾਣ। ਕਰਮ ਤਾਂ ਸਾਡੇ ਸਾਰਿਆਂ ਦੇ ਲਿਖੇ ਨੇ, ਇੱਕ ਵਾਰੀ ਕਹਿ ਦੇ ਵਹਿਰੂ, ਸਾਰਿਆਂ ਦੇ ਕਰਮ ਲਿਖ ਕੇ ਭੇਜਿਆ ਪਰਮੇਸ਼ਰ ਨੇ ਸਾਰਿਆਂ ਦੇ। ਆਖਿਆ ਪਰ ਮੈਂ ਇਸ ਕਰਕੇ ਰੋਇਆ ਕਿ ਇਹਦੀ ਮੁੱਕਦੀ ਗੱਲ ਕੀ ਕਰਮ ਰੇਖਾ ਦੇ ਨਾਲੋਂ ਗਿਆਨ ਰੇਖਾ ਬਨਵਾਣ ਹੈ। ਸ਼ੁਧੋਦਨ ਇੱਕ ਦਿਨ ਬਹੁਤ ਵੱਡਾ ਮਹਾਂਪੁਰਖ ਬਣੇਗਾ, ਬਹੁਤ ਵੱਡਾ ਮਹਾਂਪੁਰਖ ਬਣੇਗਾ, ਇਹ ਰੋਕਿਆ ਵੀ ਨਹੀਂ ਰੋਕੇਗਾ। ਇੱਕ ਵਾਰੀ ਕਿਹਾ ਤੇ ਬਹਿਰੂ, ਮਾਫ ਕਰਨਾ, ਦਰਸ਼ਨ ਦੇਖ ਨੇ ਕਾ ਚਾਹੋ ਮਨ ਬੈਰਾਗ ਪਿਆ। ਆਖਿਆ ਕਿ ਤੁਸੀਂ ਰੋਏ ਕਿਉਂ? ਆਖਿਆ ਬਿਰਧ ਅਵਸਥਾ ਸੀ ਉਹਦੀ। ਆਖਿਆ ਸ਼ੁਧੋਦਨ ਜਿਸ ਦਿਨ ਇਹਨੇ ਬਹੁਤ ਵੱਡਾ ਮਹਾਂਪੁਰਖ ਬਣਨਾ, ਜਿਸ ਦਿਨ ਇਹਦਾ ਦੁਨੀਆਂ 'ਤੇ ਪ੍ਰਤਾਪ ਵਧਣਾ, ਮੈਂ ਇਸ ਕਰਕੇ ਰੋਇਆ ਕਿ ਉਹ ਸਮਾਂ ਮੈਂ ਵੇਖ ਨਹੀਂ ਸਕਾਂਗਾ, ਉਦੋਂ ਮੈਂ ਇਸ ਦੁਨੀਆਂ 'ਤੇ ਹੋਣਾ ਨਹੀਂ। ਇਤਿਹਾਸ ਦੱਸਦਾ ਗੁਰੂ ਨਾਨਕ ਦੀ ਇਹ ਸੰਗਤ, ਕਹਿੰਦੇ ਨੇ ਮਹਾਤਮਾ ਬੁੱਧ ਜਦੋਂ ਕਿਤੇ ਕਥਾ ਕਰਦਾ ਸੀ, ਮਹਾਤਮਾ ਬੁੱਧ, ਅੱਜ ਕੱਲ੍ਹ ਤਾਂ ਲਾਊਡ ਸਪੀਕਰ ਆ ਗਿਆ, ਮਾਫ ਕਰਨਾ ਸਪੀਕਰ ਆ ਗਿਆ ਉਸ ਜ਼ਮਾਨੇ ਦੇ ਵਿੱਚ, ਕਹਿੰਦੇ ਜਦੋਂ ਮਹਾਤਮਾ ਬੁੱਧ ਬੋਲਦਾ ਸੀ ਨਾ, 40,000 ਭਿਕਸ਼ੂ ਜਿਵੇਂ ਅਸੀਂ ਸਿੱਖ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਲੋਕ ਮਰੀਦ ਕਹਿ ਦਿੰਦੇ ਨੇ, ਹਿੰਦੂ ਭਰਾ ਭਿਕਸ਼ੂ ਜਿਹਨੂੰ ਆਪਾਂ ਚੇਲਾ ਕਹਿ ਦਿੰਦੇ ਹਾਂ, 40,000 ਦਾ ਚੇਲਾ ਜਾਂ ਭਿਕਸ਼ੂ ਅੱਗੇ ਬੈਠਾ ਹੁੰਦਾ ਸੀ, ਬਾਕੀ ਪਬਲਿਕ ਪਿੱਛੇ ਬੈਠੀ ਹੁੰਦੀ ਸੀ ਖੜਦਾ ਸੀ। ਆਖਿਆ ਰਾਜਨ ਮੁੱਕ ਦੀ ਗੱਲ ਕੀ ਹੈ? ਮਹਾਂਪੁਰਖ ਬਣੇਗਾ, ਕਿਸੇ ਦਾ ਰੋਕਿਆ ਨਹੀਂ ਰੁਕੇਗਾ, ਇੱਕ ਵਾਰੀ ਕਹਿ ਦਿਓ ਨਹੀਂ ਰੁਕੇਗਾ। ਆਖਿਆ ਫਿਰ ਵੀ ਬਾਬੇ ਨਾਨਕ ਦੇ ਪਿਤਾ ਨੇ ਬੜੀ ਕੋਸ਼ਿਸ਼ ਕੀਤੀ ਕਿ ਨਾਨਕ ਪੜ੍ਹ ਲਏ, ਪੜ੍ਹੇ ਨੂੰ ਕਿਸੇ ਨੇ ਕੀ ਪੜ੍ਹਾਉਣਾ ਸੀ? ਪਾਂਡੇ ਨੂੰ ਆਖਿਆ ਜੀ ਬਾਬੇ ਨਾਨਕ ਨੇ ਮੈਨੂੰ ਕੀ ਪੜ੍ਹਾਵੇਂਗਾ? ਆਉਂਦਿਆਂ ਤੈਨੂੰ ਜਮਾ ਘਟਾ ਤਕਸੀਮ ਡਿਓੜੇ ਢਾਏ ਪੜ੍ਹਾਵਾਂਗਾ। ਬਾਬਾ ਜੀ ਕਹਿੰਦੇ ਆਹ ਪੜ੍ਹਾਈ ਤਾਂ ਮੈਂ ਨਹੀਂ ਪੜ੍ਹਨੀ, ਬਾਬਾ ਇਹੋ ਲੇਖਾ ਲਿਖ ਜਾਣ, ਆਹ ਜਿਹੜੀਆਂ ਤੂੰ ਪੜ੍ਹਾਈਆਂ ਪੜ੍ਹਾਉਂਦਾ ਜੋ ਜਨਮ ਮਰਨ ਦੇ ਚੱਕਰ ਪੈਂਦੇ ਨੇ, ਮੈਂ ਤਾਂ ਉਹ ਪੜ੍ਹਾਈ ਪੜ੍ਹਨੀ ਜਿਹਦੇ ਕਰਕੇ ਜਨਮ ਮਰਨ ਦੇ ਚੱਕਰ ਕੱਟੇ ਜਾਣ। ਮੱਝਾਂ ਦੇ ਪਿੱਛੇ ਲਾ ਦਿੱਤਾ, ਕਹਦੇ ਵਾਹਿਗੁਰੂ ਨਾਨਕ ਤੂੰ ਕੰਮ ਨਹੀਂ ਕਰਦਾ, ਤੂੰ ਮੱਝਾਂ ਹੀ ਚਾਰ ਲਿਆ ਕਰ। ਬਾਬੇ ਨਾਨਕ ਨੇ ਹੱਟੀ ਪਵਾ ਦਿੱਤੀ, 20 ਰੁਪਈਏ ਦੇ ਕੇ ਤੇ ਬਾਲੇ ਨੂੰ ਤੋਰਿਆ, ਜਾ ਮੁੱਕਦੀ ਗੱਲ ਕੀ ਦੁਕਾਨਦਾਰੀ ਕਰ ਲਾ। ਪਰ ਬਾਬਾ ਨਾਨਕ ਕੋਈ ਦੁਕਾਨਦਾਰੀ ਥੋੜ੍ਹਾ ਕਰਨ ਵਾਸਤੇ ਆਇਆ ਸੀ। ਸਤਸੰਗ ਜੀ, ਸ਼ੁਧੋਦਨ ਨੇ ਆਖਿਆ ਮਹਾਰਾਜ ਕਿਰਪਾ ਕਰੋ, ਰਾਜ ਦਾ ਵਾਰਿਸ਼ ਕੌਣ ਬਣੇਗਾ? ਇਹ ਕਿਸੇ ਤਰੀਕੇ ਨਾਲ ਰੱਬ ਵਾਲੇ ਪਾਸੇ ਨਾ ਲੱਗੇ। ਕਬੀਰ ਦੀ ਮਾਮੀ ਕਹਿੰਦੀ ਸੀ, ਮਹਾਰਾਜ ਜਠਾਣੀਆਂ ਦਰਾਣੀਆਂ ਨੂੰ ਕਹਿੰਦੀ, ਸੁਣੋ ਜਠਾਣੀ ਸੁਣੋ ਦਰਾਣੀ, ਕਹਿੰਦੇ ਬਾਹਰੋ ਵੀ ਸਾਡੀ ਕੁੱਲ ਹੀ ਕਿਸੇ ਨੇ ਨਾਮ ਜਪਿਆ ਭਲਾ? ਜਠਾਣੀਆਂ ਦਰਾਣੀ ਕਹਿੰਦੇ ਨਾਮ ਕੀ ਜਪਣਾ? ਜੁਲਾਏ ਹੁੰਦੇ ਹਾਂ ਅਤੇ ਕੱਪੜਾ ਬੁਣਨੇ ਹਾਂ ਅਤੇ ਮਾਫ਼ ਕਰਨਾ ਗੁਜ਼ਾਰਾ ਕਰਨੇ ਹਾਂ। ਅਤੇ ਭਗਤ ਕਬੀਰ ਦੀ ਮਾਂ ਕਹਿੰਦੀ, ਤੂੰ ਤੂੰ ਕਿਹੜੇ ਪਾਸੇ ਫੜ ਲਿਆ? ਪੁੱਠੀ ਮੱਤ ਤੈਨੂੰ ਕਿਹਨੇ ਦੇ ਦਿੱਤੀ?
ऐसा भी आंदा जब की माला फड़ी नपुत जदों दे ने माला फड़ी है तलना बुनने जांदा लग्या दुनिया भी लोग करते काम ही चाहते ने एक बारी कह दो बार एक बारी कह दो बार एक बारी फिर कह दो बार उन्हों दुनिया भी लोगों को करता कम प्यारा होंदा पर इत्थे मुक्ति गल की भगतां ते संसारियां सारे पढ़ो भगतां ते संसारियां मेल कदे ना ਇਹਨਾਂ ਦਾ ਕਦੀ ਕਹਿੰਦੇ ਮੇਲ ਨਹੀਂ ਹੋ ਸਕਦਾ ਆਪਸ ਉਹਨਾਂ ਦੀ ਵਿਚਾਰਧਾਰਾ ਹੋਰ ਹੈ ਉਹਨਾਂ ਦੀ ਹੋਰ ਹੈ ਆਖਿਆ ਮਹਾਂਪੁਰਖੋ ਕਿਰਪਾ ਕਰੋ ਕਿ ਇਹ ਰੱਬ ਵਾਲੇ ਪਾਸੇ ਨਾ ਲੱਗੇ ਇੱਕ ਵਾਰੀ ਕਹਿ ਦੇ ਬਾਹਰ ਇਹ ਰੱਬ ਵਾਲੇ ਪਾਸੇ ਨਾ ਲੱਗੇ ਉਹਨੇ ਆਖਿਆ ਰਾਜਨ ਰੁਕ ਤਾਂ ਸਕਦਾ ਨਹੀਂ ਮਾਫ਼ ਕਰਨਾ ਪਰ ਇੰਜ ਕਰ ਇਹਦੇ ਮੱਥੇ ਕੋਈ ਦੁਖੀ ਬੰਦਾ ਨਾ ਲੱਗਣ ਦੇਵੀ ਇੱਕ ਵਾਰੀ ਕਹਿ ਦੇ ਬਾਹਰ ਜਦੋਂ ਕੋਈ ਬੰਦਾ ਮਹਾਂਪੁਰਖਾਂ ਦਾ ਦਿਲ ਬੜਾ ਨਰਮ ਹੁੰਦਾ ਖਾਲਸਾ ਜੀ ਇੱਕ ਵਾਰੀ ਕਹਿ ਦੇ ਬਾਹਰ ਇੰਨਾ ਦਿਲ ਨਰਮ ਨਵੇਂ ਪਾਤਸ਼ਾਹ ਤੋਂ ਉੱਤੇ ਨਰਮ ਦਿਲ ਕਿਹਦਾ ਹੋ ਸਕਦਾ ਲੋਕ ਇੱਕ ਦਰੂਪਤੀ ਦੀ ਗੱਲ ਕਰਦੇ ਨੇ ਨੌਵੇਂ ਪਾਤਸ਼ਾਹ ਇੱਕ ਦਰੂਪਤੀ ਦੇ ਪਰਦੇ ਢੱਕੇ ਨੇ ਕ੍ਰਿਸ਼ਨ ਮਹਾਰਾਜ ਨੇ ਦੁਆਪਰ 'ਚ ਨੌਵੇਂ ਪਾਤਸ਼ਾਹ ਨੇ ਤਾਂ ਭਾਰਤ ਦੀ ਧਰਤੀ ਦੇ ਵਸਣ ਵਾਲੀਆਂ ਕਰੋੜਾਂ ਦਰੂਪਤੀਆਂ ਦੇ ਪਰਦੇ ਢੱਕੇ ਨੇ ਮੁੱਕ ਦੀ ਗੱਲ ਕੀ ਖਾਲਸਾ ਜੀ ਆਖਿਆ ਰਾਜਨ ਜਦੋਂ ਇਹਦੇ ਮੱਥੇ ਕੋਈ ਦੁਖੀ ਬੰਦਾ ਲੱਗ ਗਿਆ ਨਾ ਫਿਰ ਨਹੀਂ ਰੁਕਣਾ ਇਹਨੇ ਕਹਿੰਦੇ ਨੇ ਰਾਜੇ ਸੁਧੋਧਨ ਨੇ ਮਹਾਤਮਾ ਬੁੱਧ ਨੂੰ ਰੱਬ ਵੱਲੋਂ ਰੋਕਣ ਵਾਸਤੇ ਬੜੀਆਂ ਬੜੀਆਂ ਚਾਰ ਦੁਆਰੀਆਂ ਬਣਾ ਦਿੱਤੀਆਂ ਵਕਤ ਦਾ ਬਾਦਸ਼ਾਹ ਸੀ ਅੰਦਰ ਬਾਗ ਬਣਾ ਤੇ ਲਵਾ ਤੇ ਬਗੀਚੇ ਲਵਾ ਤੇ ਇੱਥੋਂ ਤੱਕ ਕਹਿੰਦੇ ਸੋਨੇ ਦੀਆਂ ਨਹਿਰਾਂ ਬਣਾ ਦਿੱਤੀਆਂ ਖਾਲਸਾ ਜੀ ਇੱਕ ਵਾਰੀ ਕਹਿ ਦਿਓ ਵਹਿਰੂ ਆਪਾਂ ਤਾਂ ਨਹਿਰਾਂ ਸਮਝ ਲਓ ਰੀਵਰ 'ਚ ਸੋਨੇ ਦੀਆਂ ਨਹਿਰਾਂ ਜਿਨ੍ਹਾਂ ਦੇ ਵਿੱਚ ਪਾਣੀ ਚਾਂਦਣੀ ਰਾਤ ਵਿੱਚ ਚਮਕਦਾ ਸੀ ਮੁੱਕਦੀ ਗੱਲ ਕੀ ਐਸੇ ਐਸੇ ਬਾਗ ਬਗੀਚੇ ਦੁਨੀਆਂ ਦਾ ਕੋਈ ਐਸਾ ਫੁੱਲ ਨਹੀਂ ਜਿਹੜਾ ਉਸ ਬਾਗ ਦੇ ਵਿੱਚ ਨਹੀਂ ਸੀ ਮਿਲਦਾ ਪਰ ਕਹਿੰਦੇ ਗੌਤਮ ਉਦਾਸ ਰਹਿੰਦਾ ਜਿਹੜੇ ਅਸੀਂ ਕਰਮ ਕਰਦੇ ਹਾਂ ਭਜਨ ਕਰਦੇ ਹਾਂ ਨਾ ਧੰਨੇ ਨੂੰ 100 ਜਨਮ ਬਾਅਦ ਦਰਸ਼ਨ ਹੋਏ ਸਨ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇਹ ਵੱਧਦੇ ਤੁਰੇ ਜਾਂਦੇ ਨੇ ਜਿਵੇਂ ਅਸੀਂ ਨਰਸਰੀ ਤੋਂ ਫਿਰ ਅਸੀਂ ਐਲ ਕੇ ਜੀ ਯੂ ਕੇ ਜੀ ਫਸਟ ਆ ਜਾਂਦੇ ਹਾਂ ਕਰ ਪਹਿਲੀ ਕਲਾਸ ਕਰਦੇ ਕਰਦੇ ਇਹ ਵੀ ਕਲਾਸਾਂ ਨੇ ਮੁੱਕ ਦੀ ਗੱਲ ਕੀ ਇੱਧਰ ਨਾ ਜਾਈਏ ਇੱਕ ਦਿਨ ਸ਼ੁਧੋਧਨ ਗੌਤਮ ਨੂੰ ਪੁੱਛਿਆ ਮਹਾਤਮਾ ਬੁੱਧ ਨੂੰ ਪੁੱਛਿਆ ਬੇਟਾ ਤੂੰ ਉਦਾਸ ਕਿਉਂ ਰਹਿੰਦਾ ਇਹਦੀ ਉਦਾਸੀ ਵੇਖ ਕੇ 17 ਸਾਲ ਦੀ ਉਮਰ ਵਿੱਚ ਕਹਿੰਦਾ ਨਾ ਗੁਰੂ ਕੀ ਸੰਗਤ ਅਹਿਲਿਆ ਨਾਂ ਦੀ ਲੜਕੀ ਨਾਲ ਸ਼ਾਦੀ ਕਰ ਦਿੱਤੀ ਜਿਹੜੀ ਬੜੀ ਖੂਬਸੂਰਤ ਸੀ ਜਦੋਂ ਸ਼ਾਦੀ ਕਰ ਦਿੱਤੀ ਗਈ ਮਹਾਤਮਾ ਜੀ ਕਹਿੰਦੇ ਗੌਤਮ ਜੀ ਗੁਰੂ ਕੀ ਸੰਗਤ ਸਿਧਾਰਥ ਜੀ ਫਿਰ ਵੀ ਉਦਾਸ ਰਹਿੰਦੇ ਨੇ ਇਤਿਹਾਸਕਾਰ ਲਿਖਦਾ ਉਹ 27 ਵਰ੍ਹਿਆਂ ਦਾ ਸੀ ਉਹ 27 ਵਰ੍ਹਿਆਂ ਦਾ ਸੀ ਜਦੋਂ ਉਹਦੇ ਘਰ 'ਚ ਇੱਕ ਬੱਚੇ ਨੇ ਜਨਮ ਲਿਆ ਅਤੇ ਮਹਾਤਮਾ ਬੁੱਧ ਆਪਣੇ ਆਖਿਆ ਕੀਤੇ ਕੀਤੇ ਬੁੱਧ ਆਖਿਆ ਕੀਤੇ ਕੀਤੇ ਕਹਿੰਦਾ ਬੇਟਾ ਮੈਂ ਤਾਂ ਪਹਿਲਾਂ ਹੀ ਬੰਧਨਾਂ 'ਚ ਬੜਾ ਫਸਿਆ ਸਾਂ ਤੂੰ ਇੱਕ ਬੰਧਨ ਹੋਰ ਖੜ੍ਹਾ ਕਰ ਦਿੱਤਾ ਤੂੰ ਆ ਗਿਆ ਉਹ ਫਿਰ ਵੀ ਉਦਾਸ ਰਹਿੰਦਾ ਇੱਕ ਵਾਰੀ ਕਹਿ ਦਿਓ ਵਹਿਰ ਇੱਕ ਵਾਰੀ ਫਿਰ ਕਹਿ ਦਿਓ ਵਹਿਰ ਕਹਿੰਦੇ ਨੇ ਅੱਜ ਸ਼ੁਧੋਧਨ ਨੇ ਪੁੱਛਿਆ ਮੈਂ ਕਈ ਵਾਰੀ ਕਹਿੰਦਾ ਹੁੰਦਾ ਜੇ ਤੁਸੀਂ ਰੱਬ ਵੇਖਣਾ ਨਾ ਤੁਹਾਨੂੰ ਮੰਦਰਾਂ 'ਚ ਨਹੀਂ ਮਿਲਣਾ ਤੁਹਾਨੂੰ ਮਸਜਿਦਾਂ 'ਚ ਨਹੀਂ ਮਿਲਣਾ ਆ ਯੂ ਵਾਂਟ ਟੂ ਸੀ ਗਾਡ ਤੁਸੀਂ ਰੱਬ ਨੂੰ ਵੇਖਣਾ ਚਾਹੁੰਦੇ ਹੋ ਤੁਸੀਂ ਪਰਮੇਸ਼ੁਰ ਨੂੰ ਦੇਖਣਾ ਚਾਹੁੰਦੇ ਹੋ ਜੇ ਰੱਬ ਨੂੰ ਵੇਖਣਾ ਕਿਸੇ ਗਰੀਬ ਦੇ ਹੰਝੂਆਂ ਦੇ ਵਿੱਚ ਵੇਖੋ ਕਿਸੇ ਗਰੀਬ ਦੇ ਆਂਸੂਆਂ 'ਚ ਦੇਖੋ ਟੀਅਰ 'ਚ ਦੇਖੋ ਜੇ ਰੱਬ ਨੂੰ ਵੇਖਣਾ ਨਾ ਕਿਸੇ ਗਰੀਬ ਦੀਆਂ ਆਹਾਂ ਦੇ ਵਿੱਚ ਵੇਖੋ ਆਹਾਂ ਦੇ ਵਿੱਚ ਮੁੱਕਦੀ ਗੱਲ ਕੀ ਸ਼ੁਧੋਧਨ ਨੇ ਪੁੱਛਿਆ ਬੇਟਾ ਤੂੰ ਉਦਾਸ ਕਿਉਂ ਰਹਿੰਦਾ
ਆਖਿਆ ਪਿਤਾ ਜੀ ਪਿਤਾ ਜੀ ਮੈਂ ਸਚਾਰ ਦੁਆਰੀ ਤੋਂ ਬਾਹਰ ਵੇਖਣਾ ਚਾਹੁੰਦਾ, ਜਾਣਾ ਚਾਹੁੰਦਾ, ਇਹਦੇ ਚੋਂ ਨਿਕਲਣਾ ਚਾਹੁੰਦਾ। ਆਖਿਆ ਕੀਤੇ ਕੀਤੇ ਇਸ ਤੋਂ ਬਾਹਰ ਦੇਖਣਾ ਚਾਹੁੰਦਾ ਕੀ ਆ। ਕਹਿੰਦਾ ਨਾ ਹੁਕਮ ਦੇ ਦਿੱਤਾ ਵਕਤ ਦਾ ਬਾਦਸ਼ਾਹ ਸੀ, ਸੜਕਾਂ ਦੀ ਸਫਾਈ ਕਰ ਦਿੱਤੀ ਜਾਏ, ਕੋਈ ਗਰੀਬ ਬੰਦਾ ਇਹਦੇ ਮੱਥੇ ਨਾ ਲੱਗੇ, ਮਾਫ ਕਰਨਾ ਗੁਰੂ ਕੀ ਸੰਗਤ, ਕੋਈ ਦੁਖੀ ਬੰਦਾ ਇਹਦੇ ਮੱਥੇ ਨਾ ਲੱਗੇ, ਕੋਈ ਰੋਂਦਾ ਬੰਦਾ ਇਹਦੇ ਮੱਥੇ ਨਾ ਲੱਗੇ, ਕੋਈ ਗਰੀਬ ਬੰਦਾ ਇਹਦੇ ਮੱਥੇ ਨਾ ਲੱਗੇ। ਚੰਨਾ ਨਾਂ ਦਾ ਰਥਵਾਨ, ਸੋਨੇ ਦਾ ਰੱਥ, ਜਿਹਦੇ 'ਤੇ ਕਹਿੰਦੇ ਨੇ ਚੰਨੇ ਨਾਂ ਦੇ ਮਾਫ ਕਰਨ ਡਰਾਈਵਰ ਨੂੰ, ਰੱਥ ਨੂੰ ਚਲਾਉਣ ਵਾਲੇ ਨੂੰ। ਸ਼ਧੋਦਨ ਨੇ ਆਖਿਆ ਕਿ ਜਾਓ ਗੌਤਮ ਨੂੰ ਸਾਰੇ ਸ਼ਹਿਰ ਦੀ ਸੈਰ ਕਰਾ ਕੇ ਲਿਆਓ। ਰੱਥ 'ਤੇ ਬਹਿ ਕੇ ਮਹਾਤਮਾ ਬੁੱਧ ਦਾ ਤੁਰਨਾ, ਸਭ ਤੋਂ ਪਹਿਲਾਂ ਮਹਾਤਮਾ ਬੁੱਧ ਦੇ ਮੱਥੇ ਇੱਕ ਨੰਗ ਧੜੰਗਾ ਬੱਚਾ ਲੱਗਾ, ਜਿਹੜਾ ਚੀਖਾਂ ਮਾਰ ਕੇ ਰੋ ਰਿਹਾ ਸੀ, ਜਿਹੜਾ ਚੀਖਾਂ ਮਾਰ ਕੇ ਰੋ ਰਿਹਾ ਸੀ। ਆਖੇ ਕਿਤੇ ਕੀਤੇ ਬੁੱਧ, ਆਖੇ ਕਿਤੇ ਕੀਤੇ ਮਹਾਤਮਾ ਨੇ ਆਖਿਆ ਕੌਣ ਹੈ? ਵਾਈ ਬੀਪਿੰਗ, ਇਹ ਕੌਣ ਹੈ, ਕਿਉਂ ਰੋ ਰਿਹਾ, ਵਟ ਪ੍ਰੋਬਲਮ ਹੀ ਫੇਸ। ਚੰਨੇ ਨਾਂ ਦੇ ਰਥਵਾਨ ਨੇ ਆਖਿਆ ਗੌਤਮ ਇਹ ਗਰੀਬ ਦਾ ਬੱਚਾ, ਇਹ ਭੁੱਖ ਦੇ ਦੁੱਖੋਂ, ਗਰੀਬੀ ਦੇ ਦੁੱਖੋਂ ਇਹ ਰੋ ਰਿਹਾ। ਉਹਨੂੰ ਇੰਨਾ ਹੀ ਪਤਾ ਨਹੀਂ ਕਿ ਗਰੀਬੀ ਕੀ ਹੁੰਦੀ ਹੈ। ਖਾਲਸਾ ਜੀ ਇੱਕ ਵਾਰੀ ਕਹਿ ਦਿਓ ਬਹਿਰੂ, ਕਿਉਂਕਿ 27 ਵਰ੍ਹਿਆਂ ਤੱਕ ਉਸਨੇ ਸੰਸਾਰ ਨੂੰ ਨਹੀਂ ਸੀ ਵੇਖਿਆ। ਮੁੱਖ ਦੀ ਗੱਲ ਕਹਿੰਦਾ ਗਰੀਬੀ ਕੀ ਹੁੰਦੀ ਆ। ਆਖਿਆ ਰਾਜਕੁਮਾਰ ਤੂੰ ਰਾਜੇ ਦੇ ਜੰਮਿਆ, ਤੇਰੇ ਕੋਲ ਸੁੱਖ ਨੇ। ਗਰੀਬੀ ਉਹ ਹੁੰਦੀ ਜਿੱਥੇ ਪੇਟ ਭਰ ਖਾਣ ਨੂੰ ਰੋਟੀ ਨਾ ਮਿਲੇ ਅਤੇ ਤਨ ਢੱਕਣ ਨੂੰ ਕੱਪੜੇ ਨਾ ਮਿਲਣ। ਕਹਿੰਦਾ ਕਿਉਂ ਰੋਂਦਾ? ਕਹਿੰਦਾ ਇੱਕ ਤਨ ਅਤੇ ਮਨ ਦੇ, ਤਨ ਅਤੇ ਢਿੱਡ ਦੀ ਭੁੱਖ ਕਰਕੇ ਰੋ ਰਿਹਾ, ਇਹਦੇ ਸਰੀਰ 'ਤੇ ਕੋਈ ਕੱਪੜਾ ਨਹੀਂ, ਮੁੱਕ ਦੀ ਗੱਲ ਕੀ, ਅਤੇ ਪੇਟ 'ਚ ਕੋਈ ਰੋਟੀ ਨਹੀਂ ਤਾਂ ਰੋਂਦਾ। ਬੁੱਧ ਨੇ ਆਖਿਆ ਅੱਛਾ ਮੇਰੇ ਕੋਲ ਸੁੱਖ ਕਿਉਂ ਨੇ? ਆਖਿਆ ਰਾਜਨ ਤੇਰਾ ਪਿਛਲੇ ਜਨਮ ਦਾ ਰਾਜਕੁਮਾਰ ਕੋਈ ਤਪ ਆ ਇਹ? ਇਹਦਾ ਕੋਈ ਤਪ ਨਹੀਂ, ਇੱਕ ਵਾਰੀ ਕਹਿ ਦਿਓ ਬੈਰ, ਇਹਨੂੰ ਕੋਈ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਕਹਿੰਦੇ ਨੇ ਮਹਾਤਮਾ ਬੁੱਧ ਦੀ ਨਰਮ ਆਤਮਾ ਕੁਰਲਾ ਉੱਠੀ, ਇੱਕ ਵਾਰੀ ਕਹਿ ਦਿਓ ਬੈਰ, ਹੈਂ ਮੇਰੇ ਕੋਲ ਇੰਨੇ ਸੁੱਖ, ਮੇਰੇ ਕੋਲ ਇੰਨੇ ਸੁੱਖ। ਅੱਗੇ ਮਹਾਤਮਾ ਬੁੱਧ ਦਾ ਪੂਜਣਾ ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, ਅਤੇ ਮਹਾਤਮਾ ਬੁੱਧ ਦੇ ਮੱਥੇ ਇੱਥੇ ਅੱਗੇ ਪੁੱਜਣਾ, ਅਤੇ ਮਹਾਤਮਾ ਬੁੱਧ ਦੇ ਮੱਥੇ ਇੱਕ ਕੁਬੜਾ ਬੰਦਾ ਲੱਗਾ, ਗਰੀਬ ਬੰਦਾ, ਜਿਹਨੂੰ ਅਸੀਂ ਲੱਕ ਤੋਂ ਕੁੱਬਾ ਵੀ ਕਹਿ ਦਿੰਦੇ ਪੰਜਾਬੀ 'ਚ, ਹੱਥ 'ਚ ਸੋਟੀ 'ਤੇ ਤੁਰਿਆ ਜਾਂਦਾ। ਅਤੇ ਮਹਾਤਮਾ ਬੁੱਧ ਕਹਿੰਦਾ ਚੰਨੇ ਇਹ ਬੰਦਾ ਕੌਣ ਆ, ਇਹ ਸਿੱਧਾ ਕਿਉਂ ਨਹੀਂ ਤੁਰਦਾ, ਸਟੇਟ ਵੇ ਕਿਉਂ ਨਹੀਂ ਤੁਰਦਾ, ਇਹ ਝੁੱਕ ਕੇ ਕਿਉਂ ਤੁਰ ਰਿਹਾ? ਮਹਾਤਮਾ ਬੁੱਧ ਨੇ ਆਖਿਆ, ਆਖਿਆ ਕਿਤੇ ਕੀਤੇ, ਆਖਿਆ ਕਿਤੇ ਕੀਤੇ, ਉਹਨੇ ਆਖਿਆ ਸਿੱਧਾ ਕਿਉਂ, ਸਟੇਟ ਵੇ ਕਿਉਂ ਨਹੀਂ ਤੁਰਦਾ, ਕੁੱਬਾ ਕਿਉਂ ਕਿ ਤੁਰਦਾ? ਫਿਰ ਇਹਦੇ ਕੱਪੜੇ ਬੜੇ ਮਾੜੇ ਹਨ, ਫਟੇ ਪੁਰਾਣੇ ਹਨ। ਆਖਿਆ ਇਹਦੇ ਕੱਪੜੇ ਦੱਸਦੇ ਨੇ ਇਹ ਵੀ ਕੋਈ ਗਰੀਬ ਹੈ। ਤਾਂ ਰਹੀ ਗੱਲ ਇਹ ਕੁੱਬਾਪਨ, ਆਖਿਆ ਰਾਜਕੁਮਾਰ ਇਹ ਇਨਸਾਨੀ ਜ਼ਿੰਦਗੀ ਦੀ ਆਖਰੀ ਸਟੇਜ ਹੈ, ਬਚਪਨ ਤੋਂ ਜਵਾਨੀ ਅਤੇ ਜਵਾਨੀ ਤੋਂ ਇੱਕ ਦਿਨ ਬੁਢਾਪਾ ਸਭਨਾਂ 'ਤੇ ਆਉਂਦਾ ਹੈ। ਖਾਲਸਾ ਜੀ ਉਹ ਕਹਿੰਦਾ ਮੈਂ ਵੀ ਬੁੱਢਾ ਹੋ ਜਾਵਾਂਗਾ। ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਕਦੀ ਸੋਚਿਆ ਨਹੀਂ ਸੀ ਅਸੀਂ ਵੀ ਕਿਤੇ ਬੁੱਢੇ ਹੋਣਾ ਹੈ। ਕਹਿੰਦੇ ਵੈਰ ਕਦੇ ਨਹੀਂ ਸੋਚਿਆ, ਇਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੋ, ਕਦੇ ਨਹੀਂ ਸੋਚਿਆ ਸੀ ਕਿ ਅਸੀਂ ਕਦੇ ਬੁੱਢੇ ਹੋਵਾਂਗੇ। ਮਾਫ ਕਰਨਾ, ਉਹਨੇ ਕਿਹਾ ਇਨਸਾਨੀ ਜ਼ਿੰਦਗੀ ਦੀ ਇਹ ਆਖਰੀ ਸਟੇਜ ਆ। ਉਹ ਕਹਿੰਦਾ ਮੈਂ ਵੀ ਬੁੱਢਾ ਹੋ ਜਾਵਾਂਗਾ। ਉਹਨੇ ਕਿਹਾ ਵਾਈ ਨਾਟ, ਕਿਉਂ ਨਹੀਂ?
ਬਚਪਨ ਜਵਾਨੀ ਅਤੇ ਬੁਢਾਪੇ ਦਾ ਕਿਸੇ ਨਾਲ ਵਿਤਕਰਾ ਨਹੀਂ। ਇੱਕ ਗਰੀਬ ਤੋਂ ਲੈ ਕੇ ਇੱਕ ਬਾਦਸ਼ਾਹ ਤੱਕ ਸਭ ਤੱਕ ਆਉਂਦੀ ਹੈ। ਆਖਿਆ ਹੈ, ਆਖਿਆ ਗੋਪੀ, ਆਖਿਆ ਕੀਤੇ ਕੀਤੇ ਬੁੱਧ ਅੱਗੇ ਤੁਰੇ ਜਾ ਰਹੇ ਨੇ ਅਤੇ ਚਾਰ ਬੰਦੇ ਇੱਕ ਅਰਥੀ ਲਈ ਜਾਂਦੇ ਨੇ, ਡੈਡ ਬੋਡੀ ਕੰਧਿਆਂ 'ਤੇ ਚੱਕੀ। ਅਸੀਂ ਬਹੁਤੇ ਲੋਕ ਪੰਜਾਬ ਦੇ ਰਹਿਣ ਵਾਲੇ ਹਾਂ, ਤਾਂ ਕੁਰਲਾਟਾਂ ਪੈਂਦੀਆਂ ਜਾਂਦੀਆਂ ਨੇ ਅਤੇ ਉੱਚੀ ਉੱਚੀ ਰੋਂਦੇ ਕੁਰਲਾਉਂਦੇ ਜਾਂਦੇ ਨੇ। ਮਾਫ਼ ਕਰਨਾ, ਮਹਾਤਮਾ ਬੁੱਧ ਨੇ ਆਖੇ ਚੰਨੇ ਇਹ ਕੌਣ ਆ, ਲੋਕ ਕਿਉਂ ਰੋਂਦੇ ਨੇ, ਕੰਧਿਆਂ 'ਤੇ ਕੀ ਚੱਕੀ ਜਾਂਦੇ ਹਨ। ਵੇਖੋ ਬੰਦਾ ਚੱਲਿਆ, ਵੇਖੋ ਬੰਦਾ ਚੌ ਜਣਿਆਂ ਦੇ ਕੰਨ, ਇਹ ਕੌਣ ਹੈ, ਕੌਣ ਹੈ, ਕਿਹਨੂੰ ਚੱਕੀ ਜਾਂਦੇ ਆ। ਆਖਿਆ ਰਾਜਕੁਮਾਰ, ਇਹ ਇਨਸਾਨੀ ਜ਼ਿੰਦਗੀ ਦਾ ਅੰਤ ਹੈ। ਇੱਕ ਦਿਨ ਜੋ ਦੁਨੀਆਂ 'ਤੇ ਆਉਂਦਾ ਉਹ ਮਾਰ ਸੰਸਾਰ ਤੋਂ ਮਰ ਕੇ ਦੋਵੇਂ ਹੱਥ ਝਾੜ ਕੇ ਚਲੇ ਜੁਆਰੀ, ਦੋਵੇਂ ਹੱਥ ਝਾੜ, ਸਾਰੇ ਪੜੋ ਚਲੇ ਜੁਆਰੀ ਦੋਵੇਂ ਹੱਥ ਝਾੜ। ਭਗਤਾਂ ਨੇ ਬਾਣੀ 'ਚ ਦੱਸਿਆ ਬੰਦਾ ਸਭ ਕੁਝ ਹੀ ਛੱਡ ਕੇ ਤੁਰ ਪੈਂਦਾ। ਆਖਿਆ ਅੱਛਾ, ਅਤੇ ਮੈਂ ਵੀ ਆ ਬਾਗ ਬਗੀਚੇ ਮਹਿਲ ਬਾੜੀਆਂ ਇਹ ਸਭ ਕੁਝ ਮੈਂ ਵੀ ਛੱਡ ਕੇ ਚਲਿਆ ਜਾਵਾਂਗਾ। ਆਖਿਆ ਹਾਂ, ਇਹ ਤਾਂ ਭਾਈ ਸਭ ਨੂੰ ਹੀ ਛੱਡਣਾ ਪੈਣਾ। ਮਾਫ਼ ਕਰਨਾ ਗੁਰੂ ਕੀ ਸੰਗਤ, ਇਹ ਤਾਂ ਸਭਨਾਂ ਨੂੰ ਛੱਡਣਾ ਪੈਣਾ, ਵਿਧਾਤਾ ਦਾ ਵਿਧਾਨ ਹੈ। ਮਾਫ਼ ਕਰਨਾ ਰਾਜਾ ਰੰਕ ਦੋ ਮਿਲ ਰੋਈ ਹੈ, ਚਾਹ ਰਾਜਾ ਅਤੇ ਚਾਹ ਪਰਜਾ, ਇੱਥੇ ਕਿਸੇ ਨੇ ਵੀ ਨਹੀਂ ਰਹਿਣਾ। ਆਖਿਆ ਅੱਛਾ, ਆਖਿਆ ਕੀਤੇ ਕੀਤੇ ਬੁੱਧ, ਅਤੇ ਕਹਿੰਦੇ ਰਾਜਕੁਮਾਰ ਨੂੰ ਘਰ ਆ ਕੇ ਨੀਂਦ ਨਹੀਂ ਆਈ, ਨੀਂਦ ਨਹੀਂ ਆਈ। ਕਈ ਦਿਨ ਉਹ ਜਾਗਦਾ ਰਿਹਾ। ਮਾਫ਼ ਕਰਨਾ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜੇ ਘੱਟ ਬਿਰਹਾ ਨੂੰ ਭਜੈ, ਸੋ ਘੱਟ ਜਾਣ ਮਸਾਣ। ਕਹਿੰਦੇ ਨੇ ਇੱਕ ਦਿਨ ਅੱਧੀ ਰਾਤ ਦਾ ਸਮਾਂ ਕਿਹਾ ਨਾ ਭਗਤ ਜੀ ਨੇ, ਸਾਚੀ ਪ੍ਰੀਤਮ ਤੁਮ ਸੰਗ ਜੋੜੀ, ਜਦੋਂ ਰੱਬ ਨਾਲ ਜੁੜਦਾ ਜੱਗ ਨੂੰ ਟੁੱਟਦਾ, ਜਦੋਂ ਜੱਗ ਨਾਲ ਜੁੜਦਾ ਤਾਂ ਫਿਰ ਇੱਧਰੋਂ ਟੁੱਟ ਜਾਂਦਾ ਕੁਝ। ਸਾਚੀ ਪ੍ਰੀਤ ਹਮ ਤੁਮ ਸੰਗ ਜੋੜੀ, ਤੁਮ ਸੰਗ ਜੋੜ ਅਵਰ ਸੰਗ ਤੋੜੀ। ਭਗਤਾਂ ਨੇ ਕਹਿ ਦਿੱਤਾ ਤੁਮ ਨਹੀਂ ਤੋੜੋ ਤੋ ਹਮ ਕਤ ਤੋੜੈ। ਜੇ ਤੂੰ ਇਸ ਪਿਆਰ ਨੂੰ ਨਹੀਂ ਠੁਕਰਾਉਂਦਾ ਤਾਂ ਮੈਂ ਕਿਵੇਂ ਤੋੜਦੇ ਹਾਂ, ਮੁੱਕਦੀ ਗੱਲ ਕੀ। ਕਹਿੰਦੇ ਤੁਮ ਸੰਗ ਤੋੜ ਕਮਣ ਸੰਗ ਜੋੜੈ, ਤੇਰੇ ਨੂੰ ਜੋੜ ਕੇ ਤੇ ਕਿ ਤੋੜ ਕੇ ਤੇ ਕਿਹਦੇ ਨਾਲ ਜੋੜੀਏ, ਮੁੱਕਦੀ ਗੱਲ ਕੀ। ਅੱਧੀ ਰਾਤ ਦਾ ਸਮਾਂ, ਘਰ ਵਾਲੀ ਸੁੱਤੀ ਸੀ ਅਤੇ ਕੋਲ ਮਹਾਤਮਾ ਬੁੱਧ ਦਾ ਬੱਚਾ ਸੁੱਤਾ ਪਿਆ। ਇਤਿਹਾਸਕਾਰ ਲਿਖਦਾ ਕਿ ਜਾਂਦੀ ਵਾਰੀ ਨਾ ਮਹਾਤਮਾ ਬੁੱਧ ਦਾ ਚਿੱਤ ਕੀਤਾ, ਚਿੱਤ ਕੀਤਾ ਕਿ ਜਾਂਦੀ ਵਾਰੀ ਆਪਣੇ ਬੱਚੇ ਦਾ ਮੂੰਹ ਚੁੰਮ ਲਵੇ, ਬੱਚੇ ਦੇ ਮੂੰਹ ਨੂੰ ਕਿਸ ਕਰ ਲਵੇ। ਪਰ ਉਹਨੂੰ ਫਿਕਰ ਸੀ ਕਿ ਕਿਤੇ ਉਹਦੇ ਘਰ ਵਾਲੀ ਨਾ ਜਾਗ ਪਵੇ, ਜਿਸ ਕੰਮ ਲਈ ਉਹ ਚੱਲਿਆ ਅਤੇ ਉਸ ਕੰਮ ਤੋਂ ਉਹਨੂੰ ਰੋਕ ਨਾ ਦੇਵੇ। ਮੁੱਕਦੀ ਗੱਲ ਕੀ ਰਾਜਕੁਮਾਰ ਦਾ ਚੰਨੇ ਨੂੰ ਨਾਲ ਲੈਣਾ, ਅਤੇ ਮੁੱਕਦੀ ਗੱਲ ਕੀ ਦਰਿਆਵਾਂ ਦੇ ਕੰਢਿਆਂ 'ਤੇ ਜਾ ਕੇ ਦਰਿਆ ਦੇ ਕੰਢੇ 'ਤੇ ਪੁੱਜਣਾ, ਸ਼ਾਹੀ ਵਸਤਰ ਉਤਾਰਨੇ ਅਤੇ ਤਨ ਦੇ ਉੱਤੇ ਸਾਦੇ ਕੱਪੜੇ ਧਾਰਨ ਕਰਨੇ। ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਉਹ ਚੁੱਪ ਚਾਪ ਹੀ ਚਲਾ ਗਿਆ। ਬੜੇ ਬੜੇ ਉਦਾਸੀਆਂ ਸੰਨਿਆਸੀਆਂ ਨੂੰ ਜਾ ਕੇ ਮਿਲਿਆ, ਪਰ ਸਾਧ ਸੰਗਤ ਜੀ ਉਹਨੂੰ ਆਪਣੀ ਮੰਜ਼ਿਲ ਮਿਲਦੀ ਨਜ਼ਰ ਨਹੀਂ ਸੀ ਆਉਂਦੀ। ਗਿਆ ਦੇ ਵਿੱਚ ਇੱਕ ਬੋਧੀ ਨਾਂ ਦਾ ਦਰਖਤ ਹੈ, ਜਿਹਦੇ ਥੱਲੇ ਮਹਾਤਮ ਬੁੱਧ ਚੌਂਕੜਾ ਮਾਰ ਕੇ ਬੈਠੇ ਨੇ। ਬੜਾ ਸਮਾਂ ਬੀਤ ਗਿਆ, ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਇੱਕ ਦਿਨ ਕਹਿੰਦੇ ਇੱਕ ਇਨਲਾਈਟਮੈਂਟ, ਇੱਕ ਰੋਸ਼ਨੀ, ਇੱਕ ਪ੍ਰਗਾਸ਼ ਮਹਾਤਮਾ ਬੁੱਧ ਨੂੰ ਹੋਇਆ ਉਸ ਦਰਖਤ 'ਤੇ। ਮਾਫ਼ ਕਰਨਾ ਗੁਰੂ ਕੀ ਸੰਗਤ ਥੱਲੇ ਬੈਠ ਕੇ ਗਿਆਨ ਹੋਇਆ। ਮਰ ਕਹਿੰਦੇ ਆਖਿਆ ਕੀਤੇ ਕੀਤੇ ਬੁੱਧ, ਦਰਸ਼ਨ ਦੇਖਣੇ ਕਾ ਚਾਓ, ਮਨ ਬੈਰਾਗ ਪਿਆ, ਦਰਸ਼ਨ ਕੋ ਲੋਚੇ ਸੋ ਕੋਈ,
ਪੂਰੇ ਭਾਗ ਪ੍ਰਾਪਤ ਹੋਈ ਇੰਨੇ ਕੁ ਸ਼ਬਦ ਪ੍ਰਵਾਨ ਕਰੋ। ਅਗਲੀ ਵਿਚਾਰ ਇੱਥੋਂ ਹੀ ਸ਼ੁਰੂ ਕੀਤੀ ਜਾਏਗੀ। ਕੀਰਤਨ ਅੱਜ ਕੁਝ ਹੋਰ ਮੋੜ ਫੜ ਗਿਆ, ਕੱਲ੍ਹ ਦੀ ਵਿਚਾਰ ਪ੍ਰੇਮ ਪੂਰਨ ਵਿਰਾਗ, ਫਿਰ ਸਤਸੰਗ ਜਿੱਥੇ ਪੂਰਨ ਵਿਰਾਗ ਆ ਜਾਏ ਉੱਥੇ ਫਿਰ ਪੂਰਨ ਤਿਆਗ ਆ ਜਾਂਦਾ ਹੈ। ਫਿਰ ਜੀਵ ਇਹਨੂੰ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੀ ਜਿਵੇਂ ਮਲਾਈ ਦੁੱਧ ਤੋਂ ਪੈਦਾ ਹੁੰਦੀ, ਇੱਕ ਵਾਰੀ ਕਹਿੰਦੇ ਫਿਰ ਮਲਾਈ ਦੁੱਧ ਤੋਂ ਪੈਦਾ ਹੋ ਕੇ ਦੁੱਧ ਉੱਤੇ ਰਹਿੰਦੀ ਹੈ, ਮਲਾਈ ਦੁੱਧ ਤੋਂ ਪੈਦਾ ਹੋ ਕੇ ਦੁੱਧ ਦੇ ਉੱਤੇ ਰਹਿੰਦੀ ਹੈ। ਇਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਜਨਮ ਲੈ ਕੇ ਇਹਦੀ ਸੁਰਤੀ ਬਿਰਤੀ ਸੰਸਾਰ ਤੋਂ ਉੱਚੀ ਚੱਕੀ ਜਾਂਦੀ ਹੈ। ਇੰਨੇ ਕੁ ਸ਼ਬਦ ਪ੍ਰਮਾਣ ਹੋਈਆਂ ਭੁੱਲਾਂ ਦੀ ਮਾਫ਼ੀ, ਉਹਨਾਂ ਨੂੰ ਸਦਾ ਪਾਠ ਹੁਮ ਹੁਮ ਆ ਕੇ ਆਇਆ ਕਰੋ ਭਾਈ। ਜ਼ਿੰਦਗੀ ਦੇ ਚਾਰ ਰੋਜ਼ ਆਪਾਂ ਇੱਥੇ ਲਾ ਕੇ ਇੱਥੋਂ ਚਲਿਆ ਜਾਣਾ, ਪਰ ਕੁਝ ਖੱਟ ਕੇ ਚੱਲੀਏ, ਕੋਈ ਲੈ ਕੇ ਚੱਲੀਏ। ਸਤਸੰਗ ਜੀ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੁਖ ਨਮਾ, ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੁਖ ਨਮਾ, ਬੰਧਨ ਤੇ ਰਾਮ ਕਲੀ ਮਹਲਾ ਤੀਜਾ ਨੰਦ ਕੁੰਕਾ ਸੁਖ ਸਾਧ, ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਪਰ ਰਾਗ ਰਤਨ ਪਰ ਵਾਰ ਪਰੀਆਂ ਸਬਦ ਕੰਮ ਆਈਆਂ ਸਭ ਤੋਂ ਸਤਿਗੁਰੂ ਨੇ ਪਾਇਆ ਹਰ ਮਨ ਹੋ ਤੁਮਨ ਮੇਰੇ ਤੂੰ ਸਭ ਤਾਰ ਨਾ ਸਭ ਨਾ ਗੱਲਾਂ ਤੂੰ ਰੱਖੀ ਹੋ ਤੁਮਨ ਪਿਤਾਰੇ ਸਾਚੇ ਸਹੀ ਪਾਂ ਕਿਆ ਨਹੀਂ ਕਰਦੇ ਰਹਿ ਸਦਾ ਸੁਤ ਸਦਾ ਤੇਰੀ ਨਾ ਮਨ ਵਧਾਵੇ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਆਏ ਵੱਡਿਆ ਜੀ ਇੱਛਾ ਸਭ ਪੂਰੀਆਂ ਸਭ ਤਰੋ ਪਿਆਰੋ ਸਾਜਾ ਨਾ ਮੇਰਾ ਆਧਾਰੋ ਵਾਜੇ ਤੁਕ ਵਸ ਕੀਤੇ ਕਾਲ ਕੰਠ ਕੁਮਾਰੀਆ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਨ ਵਸੂਰੇ ਸੰਤ ਸੱਚ ਪੈ ਸੱਚ ਪੂਰੇ ਗੁਰਤ ਜਾਣੀ ਚਰਨ ਲਾ ਕੇ ਵਾਜੇ ਅਨਹਦ ਪੂਰੇ ਲੋਕ
ਕੀਤੇ ਸਗਲ ਜਗਤ ਕਰਮੀ ਆਪੋ ਆਪਣੀ ਕਿੰਨੜੇ ਕਦੂਰ ਨਾਨਕ ਤਿਮਕ ਪੂਜਲੇ ਕੇਤੀ ਛੁੱਟੀ ਨਾਲ ਜਿੰਨੀ ਮਸਕਤ ਨਾਨਕ ਤਿਮਕ ਪੂਜਲੇ ਕੇਤੀ ਛੁੱਟੀ ਨਾਲ ਫੁੱਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਇਹਨੇ ਕੀ ਸ਼ਬਦ ਪ੍ਰਵਾਨ ਕਰੋ ਦਾਸ ਦੀ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਹੈ। ਵੈਸੇ ਤਾਂ ਸਮਰੱਥ ਨੂੰ ਅਲਪਾਗ ਕੀ ਸਮਝ ਸਕਦਾ, ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਂ ਦਸਾਂ ਪਾਤਸ਼ਾਹਾਂ ਦੇ ਸਾਹਮਣੇ ਜੀਵ ਦੀ ਮਤ ਕੀ ਕੰਮ ਕਰਦੀ ਹੈ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦਾ ਉਧਾਰ ਕਰਨਾ ਉਹ ਨੀਵਾਂ ਹੀ ਹੁੰਦਾ ਜਾਏ। ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੋਂ ਉੱਚਾ। ਗੁਰੂ ਕੀ ਸੰਗਤ ਜਿਹੋ ਭੁੱਲੀ ਜਿਹੋ ਚੁੱਕੀ, ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਆਏ ਮਾੜੇ ਹੈ ਚੰਗੇ ਹੈ ਅੰਦਰੋਂ ਕਹੇ ਅੰਦਰੋਂ ਸਭ ਕੁਝ ਹੁੰਦੇ ਹੋਏ ਮਨ ਮਤ ਤੂੰ ਮਾਣ ਕਰੇ ਹੋ ਕਿਸ ਜਾਣਦਾ ਗੁਰਮੁਖ ਨੇ ਮਾਣਾ ਹੋਏ। ਗੁਰੂ ਕੀ ਸੰਗਤ ਜਿੰਨਾ ਨੀਵਾਂ ਹੁੰਦਾ ਜਾਂਦਾ ਇਹਦੇ 'ਤੇ ਕਿਰਪਾ ਹੁੰਦੀ ਜਾਂਦੀ। ਹੋਮੇ ਤਾਂ ਹੋਮੇ ਰੱਬ ਨਾ ਕਰੇ ਕਿਤੇ ਕਿਸੇ ਨੂੰ ਹੋਮੇ ਹੋ ਜਾਏ। ਮਹਾਂਪੁਰਖਾਂ ਦੇ ਜੀਵਨ ਪੜ੍ਹਨ ਦਾ ਮੌਕਾ ਮਿਲਦਾ। ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਪੜ੍ਹੀਆਂ ਨੇ। ਅੱਜ ਤਾਂ ਲੋਕ ਐਵੇਂ ਗੱਲਾਂ ਮਾਰੀ ਜਾਂਦੇ ਨੇ, ਢਾਡੀ ਸਾਹਿਬ ਐਸੇ ਐਸੇ ਬਚਨ ਵੀ ਆਉਂਦੇ ਨੇ। ਉਹਨਾਂ ਨੇ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਐਂ ਵਿਆਖਿਆ ਕੀਤੀ ਕਿ ਇੰਨੀ ਵਾਰੀ ਸੰਤ ਅੱਖਰ ਨਾਮ ਜਪਣ ਵਾਲਿਆਂ ਵਾਸਤੇ ਵਰਤਿਆ ਗਿਆ। ਜੇ ਤੁਸੀਂ ਸੱਚ ਪੁੱਛੋ ਨਾ ਤਾਂ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਹੀ ਸੰਤ ਆਖਿਆ। ਸੰਤੋ ਸਾਗਰ ਪਾਰ ਉਤਰੀਏ। ਹੁਣ ਦੱਸੋ ਗੁਰੂ ਨੇ ਸਾਗਰ ਨੂੰ ਕੀ ਤਰਨਾ, ਇੱਕ ਵਾਰੀ ਕਹਿ ਦਿਓ ਬਹਿਣ ਇਹਦੀ। ਹੁਣ ਆਪਾਂ ਇਹ ਅੰਗਰੇਜ਼ੀ ਨਹੀਂ ਹੈਗੀ, ਸੰਤੋ ਸਾਗਰ ਪਾਰ ਉਤਰੀਏ। ਜੇ ਕੋਈ ਬਚਨ ਘੁੰਮਾਵੇ ਸੰਤਨ ਕਾ, ਦੂਜੀ ਵਾਰੀ ਸੰਤ ਸ਼ਬਦ ਵਰਤਿਆ ਜਿਹੜਾ, ਮਾਫ਼ ਕਰਨਾ ਗੁਰੂ ਕੀ ਸੰਗਤ। ਜਿਵੇਂ ਗੁਰੂ ਸਾਹਿਬ ਨੇ ਕਿਹਾ ਹਰ ਕਾ ਸੇਵਕ ਹਰ ਹੀ ਜਿਹਾ, ਸੰਤ ਰਾਮ ਮੈਂ ਭੇਦ ਕਿਛ ਨਾਹੀ। ਹਰ ਥਾਂ 'ਤੇ ਗੁਰਸਾਗਰ, ਸਾਰੇ ਪੜ੍ਹੋ ਗੁਰਸਾਗਰ ਰਤਨੀ ਬਾਣੀ ਹੈ ਜੀ, ਸਾਰੇ ਪੜ੍ਹੋ ਜੀ ਗੁਰਸਾਗਰ ਰਤਨੀ ਭਰਪੂਰ ਹੈ ਗੁਰੂ ਗ੍ਰੰਥ ਸਾਹਿਬ। ਮਾਫ਼ ਕਰਨਾ ਵਿਚਾਰਾਂ ਰੂਪੀ ਰਤਨਾਂ ਨਾਲ, ਬਖਸ਼ਿਸ਼ ਰੂਪੀ ਰਤਨਾਂ ਨਾਲ ਭਰਿਆ ਇੱਕ ਸਮੁੰਦਰ ਹੈ ਗੁਰਸਾਗਰ ਰਤਨੀ ਭਰਪੂਰ ਹੈ। ਜਿਵੇਂ ਮਾਨ ਸਰੋਵਰ ਭਰੇ ਪਏ ਨੇ ਹੀਰਿਆਂ ਦੇ ਲਾਲਾਂ ਨਾਲ, ਚੁਗਦੇ ਕੌਣ ਨੇ ਹੰਸ। ਅੱਗੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਸੰਤ ਚੁਗੈ ਨਹੀਂ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਸਤਸੰਗ ਜੀ ਜੀਵਨ ਦੇ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਾਓ। ਵੱਧ ਤੋਂ ਵੱਧ ਸਮਾਂ ਜਦੋਂ ਬੰਦਾ ਥੋੜ੍ਹੀ ਜਿਹੀ ਬਾਣੀ ਵਿਚਾਰ ਕੇ ਪੜ੍ਹਦਾ ਨਾ, ਬੱਲੇ 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 ਆਪਸ ਕੋ ਜੋ ਜਾਣੇ ਮਾਫ਼ ਕਰਨਾ, ਆਪਸ ਕੋ ਜੋ ਜਾਣੇ ਨੀਚਾ, ਐਸੇ ਸ਼ਬਦ ਵੀ ਹੁੰਦੇ ਨੇ ਮਾਫ਼ ਕਰਨਾ ਸਭ ਤੋਂ ਜਾਣੇ ਆਪਸ ਕੋ ਮੰਦਾ। ਪਰ ਹੈ ਬੜਾ ਔਖਾ ਸਤਸੰਗ ਜੀ, ਇਹ ਆਪਣੀ ਗਰੀਬੀ ਗਦਾ ਹਮਾਰੀ ਖੰਨਾ, ਰੇਣ ਸਗਲ ਸ਼ਾਰੀ ਤੇ ਅੱਗੇ ਨਾ ਟਿਕੇ ਕੋਈ ਪਕਾਰੀ, ਨੀਵੇਂ ਹੁੰਦੇ ਚੋ ਗਰੀਬੀ ਦੀ ਢਾਲ ਫੜ ਲਓ ਮੁੱਕਦੀ ਗੱਲ ਕੀ ਸਤਸੰਗ ਜੀ। ਪਰ ਇਹ ਦਾਤ ਕਿਸੇ ਪਾਗਾਂ ਵਾਲੇ ਨੂੰ ਮਿਲਦੀ ਹੈ, ਵੱਧ ਉਹਦੀ ਜਾਪ ਕਰਿਆ ਕਰੋ। ਜਦੋਂ ਕਿਤੇ ਬੈਠਦੇ ਵੀ ਹੋ ਸਾਵਧਾਨ ਹੋ ਕੇ ਬੈਠੋ, ਐਂ ਬਾਣੀ ਪੜ੍ਹੋ ਨਾ ਜਿਵੇਂ ਆਪਣੇ ਮਾਂ ਬਾਪ ਨਾਲ ਗੱਲਾਂ ਕਰਦੇ ਹੋ। ਇੱਕ ਵਾਰੀ ਕਹਿ ਦਿਓ ਵੈਰੂ, ਇੱਕ ਵਾਰੀ ਫਿਰ ਕਹਿ ਦਿਓ ਵੈਰੂ। ਹੁਣ ਤੁਸੀਂ ਕਹੋਗੇ ਕਿ ਬਾਬਾ ਜੀ ਨੇ ਗੱਲਾਂ ਕਹਿ ਤਾ, ਮਾਰ ਗਿਆ ਹਰਸਿਓ ਮਸਲਤ। ਸਾਰੇ ਪੜ੍ਹੋ ਹਰਸਿਓ 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 ਮਸਲਤ, ਮਾਫ਼ ਕਰ ਹਰਸਿਓ ਗੱਲਾਂ ਹਰਸਿਓ ਮਸਲਤ, ਹਰ ਮੇਰੀ ਪੂੰਜੀ ਰਾਸ। ਜਿਵੇਂ ਬੱਚਾ ਮਾਂ ਬਾਪ ਨਾਲ ਗੱਲਾਂ ਕਰ, ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋ ਕਿਨਰੇ ਜੀਵ ਬਣ ਕੇ ਨਾ
ਗਰੀਬ ਨਵਾਜ਼, ਕਿਰਪਾ ਕਰੋ, ਸਿਰ 'ਤੇ ਮੇਰੇ ਪਰ ਹੱਥ ਰੱਖੋ। ਚਾਰ ਰੋਜ਼ ਜ਼ਿੰਦਗੀ ਦਾ ਦੁਨੀਆ 'ਤੇ ਕੱਟ ਕੇ ਚਲਿਆ ਜਾਣਾ ਹੈ, ਪਰ ਇੱਕ ਗੱਲ ਯਾਦ ਰੱਖਣਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਜਦੋਂ ਤੁਹਾਡੀ ਨਿੰਦਾ ਹੁੰਦੀ ਹੈ ਤਾਂ ਤੁਹਾਡੇ ਪਾਪ ਝੜਦੇ ਨੇ, ਤੁਹਾਡੇ ਪਾਪ ਝੜਦੇ ਨੇ। ਅਤੇ ਜਦੋਂ ਵਡਿਆਈ ਹੁੰਦੀ ਆ, ਕੋਈ ਮਾਂ ਦਾ ਪੁੱਤ ਵਿਰਲਾ ਬਚਦਾ, ਵਡਿਆਈ ਹੋਮੇ ਨੂੰ ਜਨਮ ਦਿੰਦੀ ਹੈ, ਵਡਿਆਈ ਹੋਮੇ ਨੂੰ ਜਨਮ ਦਿੰਦੀ। ਬਈ ਮੇਰੇ ਵਰਗਾ ਤਾਂ ਕੋਈ ਆਈ ਨਹੀਂ ਜੀ, ਮੇਰੇ ਵਰਗਾ ਤਾਂ ਕੋਈ ਸੰਤੀ ਨਹੀਂ ਜੀ, ਮੇਰੇ ਵਰਗਾ ਤਾਂ ਕੋਈ ਕੀਰਤਨ ਹੀ ਨਹੀਂ ਕਰਦਾ। ਨਾ ਬਾਬਾ ਹੋਂ ਢਾਡੀ ਕਾ ਨੀਚ ਜਾਤ, ਸਾਰੇ ਪੜੋ ਹੋਂ ਢਾਡੀ ਕਾ। ਮਹਾਰਾਜ ਮੈਂ ਤਾਂ ਨੀਚ ਹਾਂ ਤੇਰੇ ਦਰ ਦਾ, ਕੁੱਕਰਾਂ ਹੋਂ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾਂ ਜੀ ਤੁਝੇ ਧਿਆਏ ਦੇ। ਮੰਗਣਾ ਅਤੇ ਇੱਕ ਪਰਮੇਸ਼ੁਰ ਦਾ ਨਾਮ ਜਪੋ। ਮੈਂ ਕਈ ਵਾਰੀ ਦੇਖਦਾ ਕਿੰਨੀਆਂ ਬੀਬੀਆਂ ਬੈਠੀਆਂ ਸਿਰ 'ਤੇ ਦਸਤਾਰਾਂ ਬੰਨ੍ਹਦੀਆਂ ਨੇ, ਕਿੰਨੀ ਕੇਸਾਂ ਦੀ ਸੰਭਾਲ ਰੱਖਦੀਆਂ ਨੇ। ਕੇਸ ਗੁਰੂ ਕੀ ਮੋਹਰ ਹਨ, ਜਿਸ ਨੋਟ ਦੇ ਉੱਤੇ ਮੋਹਰ ਨਾ ਲੱਗੀ ਹੋਵੇ ਉਹ ਨੋਟ ਜਾਲੀ ਮੰਨਿਆ ਜਾਂਦਾ, ਇੱਕ ਵਾਰੀ ਕਹਿ ਦੇ ਵੈਰੂ। ਅਤੇ ਜਿਸ ਸਿੱਖ ਦੇ ਕੇਸ ਨਾ ਹੋਣ ਫਿਰ ਗੁਰੂ ਸਾਹਿਬ ਉਹਨੂੰ ਸਿੱਖ ਨਹੀਂ ਮੰਨਦੇ। ਸਤਸੰਗ ਜੀ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਸ ਮੈਂ ਉਸਕਾ ਚਿਹਰਾ। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ, ਹੋਰ ਬੀਬੀਆਂ ਭੈਣਾਂ ਨੂੰ ਵੀ, ਵੀ ਦੇਖੋ ਬੀਬੀਆਂ ਕਿੰਨਾ ਕੇਸਾਂ ਦਾ ਸਤਿਕਾਰ ਕਰਦੀਆਂ ਨੇ। ਖੈਰ ਮੁੱਕਦੀ ਗੱਲ ਕੀ, ਹੁਣ ਸਮਾਂ ਆਗਿਆ ਨਹੀਂ ਦਿੰਦਾ, ਸਮਾਂ ਕੁਝ ਜ਼ਿਆਦਾ ਲੱਗ ਗਿਆ। ਖੈਰ ਕੱਲ੍ਹ ਨੂੰ ਆਪ ਜੀ ਦੇ ਫਿਰ ਦਰਸ਼ਨ ਕਰਾਂਗੇ, ਥੋੜ੍ਹੇ ਦਿਨ ਦਾ ਪ੍ਰੋਗਰਾਮ ਹੈਗਾ। ਐਂ ਸਮਝਿਆ ਕਰੋ ਤੁਸੀਂ, ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਵਾਰੀ ਫਿਰ ਕਹਿ ਦਿਓ ਵਹਿਰੂ। ਜਦੋਂ ਘਰਾਂ ਨੂੰ ਜਾਂਦੇ ਹੋ, ਇੱਕ ਪੈਰ ਕਿੱਡਾ ਕਿੱਡਾ ਮਹਾਂਪੁਰ ਕਿਆ ਕਰਦੇ ਸਨ, ਉਠਤ ਬੈਠਤ ਸੋਭਤ ਨਾਮ, ਉਠਤ ਬੈਠਤ ਸੋਭਤ ਨਾਮ। ਦੇਖੋ ਕਿੱਡੀ ਵੱਡੀ ਗੱਲ ਹੈ, ਇੱਕ ਪੈਰ ਸੈਰ ਕਰ ਰਹੇ ਸੀਗੇ ਬਾਗ 'ਚ, ਇੱਕ ਪੈਰ ਵਹਿਰੂ, ਦੂਜਾ ਪੈਰ ਵਹਿਰੂ, ਤੀਜਾ ਪੈਰ ਵਹਿਰੂ, ਚੌਥਾ ਪੈਰ ਵਹਿਰੂ। ਆਹ ਹੱਥਾਂ ਦੇਖੋ ਤੁਸੀਂ, ਤੁਸੀਂ ਉਂਗਲੀਆਂ ਦੇ ਆਹ ਦੇਖੋ, ਪੋਟੇ ਦੇਖੋ, ਵਾਹਿਗੁਰੂ 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 ਵਹਿਰੂ 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 ਵਾਹਿਗੁਰੂ 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 ਵਾਹਿਗੁਰੂ। ਕੰਮਾਂ 'ਤੇ ਜਾ ਰਹੇ ਤੁਸੀਂ, ਕਈ ਐਸੇ ਕੰਮ ਨੇ, ਅਫੀਸ਼ੀਅਲ ਕੰਮ ਨੇ, ਜਿੱਥੇ ਜਿਵੇਂ ਕਿਵੇਂ ਕਲਰਕ ਹੈ ਉਹਦੇ ਲਈ ਕੋਈ ਕੰਮ ਉਸ ਸਮੇਂ ਜਾਪ ਕਰਨਾ ਔਖਾ, ਪਰ ਜਿਹੜੇ ਤੁਸੀਂ ਦਸਤਕਾਰੀ ਦਾ ਕੰਮ ਕਰਦੇ ਹੋ, ਹੱਥਾਂ ਨਾਲ ਕੰਮ ਕਰਦੇ ਹੋ, ਉੱਥੇ ਵੀ ਤੁਸੀਂ ਵਹਿਰੂ ਵਹਿਰੂ ਕਰ ਸਕਦੇ ਹੋ, ਉੱਥੇ ਤੁਸੀਂ ਜਾਪ ਕਰ ਸਕਦੇ ਹੋ। ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਵਾਰੀ ਫਿਰ ਕਹਿ ਦਿਓ ਵਹਿਰੂ, ਇੱਕ ਵਾਰੀ। ਆਹ ਜਿਹੜਾ ਕਹਿੰਦਾ ਅੱਖਰੀ ਲਿਖਣ ਬੋਲਣ ਬਾਣ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋ ਬਖਾਣ। ਕੱਲ੍ਹ ਨੂੰ ਵਿਚਾਰ ਕਰਾਂਗੇ ਸਤਸੰਗ ਜੀ, ਜਿਹਨਾਂ ਜਿਹਨਾਂ ਇਹ ਜਾਪ ਕਰਦਾ ਇਹਦਾ ਮਨ ਟਿਕਦਾ, ਜਿਹਨਾਂ ਜਿਹਨਾਂ ਮਨ ਟਿਕਦਾ ਉੱਥੇ ਫਿਰ ਸ਼ਕਤੀਆਂ ਦਾ ਜਨਮ ਹੁੰਦਾ। ਖਾਲਸਾ ਜੀ, ਰਿੱਧ ਸਿੱਧ ਨਾਵੇ ਕੀ, ਰਿੱਧ ਸਿੱਧ ਨਾਵੇ ਕੀ ਦਾਸੀ, ਉੱਥੇ ਸ਼ਕਤੀਆਂ ਦਾ ਜਨਮ ਹੁੰਦਾ, ਉੱਥੋਂ ਬਖਸ਼ਿਸ਼ਾਂ ਹੁੰਦੀਆਂ ਨੇ। ਪਰ ਜਿੰਨੀ ਜਿੰਨੀਆਂ ਸ਼ਕਤੀਆਂ ਹੁੰਦੀਆਂ ਨੇ ਗੁਰਮੁਖ ਪੈਦਾ ਹੁੰਦੀਆਂ ਨੇ, ਇਹ ਮਨ ਹਰ ਜੀ ਧਿਆਏ ਤੂੰ। ਜਾਂ ਇਹ ਵੀ ਦੱਸਿਆ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ, ਇੱਕ ਸ਼ਬਦ ਲਾਏ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਜੋ ਹਰ ਜੀ ਸਦਾ ਧਿਆਏ। ਸਤਸੰਗ ਜੀ, ਤੁਸੀਂ ਨਾਮ ਜਪ ਕੇ ਵੇਖੋ, ਕਰਕੇ ਵੇਖੋ, ਤੁਹਾਡੇ ਸਾਰੇ ਕੰਮ ਗੁਰੂ ਨਾਨਕ ਸਾਹਿਬ ਕਰਨਗੇ, ਸਾਰੇ ਕੰਮ ਕੰਮ ਬਲੇ ਬਲੇ ਤੁਹਾਡੇ ਦਰਸ਼ਨ ਕਰਕੇ ਲੋਕਾਂ ਦੇ ਕੰਮ ਹੋ ਜਾਣਗੇ। ਪਰ ਇਹ ਕਰਕੇ ਦੇਖਿਓ ਜੇ, ਸਤਸੰਗ ਜੀ ਬਾਣੀ ਹਿਰਦੇ 'ਚ ਵਸਾਉਣ ਵਾਸਤੇ ਹੈ। ਮਾਫ਼ ਕਰਨਾ ਗੁਰੂ ਕੀ ਸਿੰਘ, ਹੁਣ ਇੰਨੇ ਕੀ ਸ਼ਬਦ ਮਾਫ਼ ਕਰਨ ਪ੍ਰਵਾਨ ਕਰਨੇ ਗੁਰਸਿੱਖ ਨੂੰ, ਉਹ ਪਿਆਰ ਪੈਦਾ ਕਰੋ ਹੈ, ਆਪਾਂ ਇੱਕ ਗੁਰੂ ਗ੍ਰੰਥ ਨਾਲ ਜੁੜ ਜਾਈਏ ਅਤੇ ਪਿਆਰ ਆਪੇ ਪੈਦਾ ਹੋ ਜਾਣਾ। ਆਏ ਮਿਲ ਗੁਰਸਿੱਖ, ਆਏ ਮਿਲ, ਤੂੰ ਮੇਰੇ ਗੁਰ ਕੇ, ਤੂੰ ਮੇਰੇ ਗੁਰ ਕੇ ਪਿਆਰੇ, ਇੰਨੇ ਸ਼ਬਦ ਪ੍ਰਵਾਨ। ਤੂੰ ਨਾਮ ਸੁਣੇ ਨਾਮ ਮਨ ਪਾਵੇ, ਵੱਡੇ ਪਾਦ ਗੁਰਮੁਖ ਹਾਰੇ ਪਾਵੇ, ਨਾਮ ਜਪੋ ਗੁਰਮੁਖ ਪਰਗਾਸਾ, ਨਾਮ ਬਿਨਾ ਮੈਂ ਧਰ ਨਹੀਂ ਕਾਏ, ਨਾਮ ਰਵੇ ਆ ਸਭ ਸਾਸ ਗੇਰਾ ਸਾ ਰਾ।
ਨਾਮ ਸੁਰਤ ਸੁਣੇ ਮਨ ਪਾਏ, ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਏ, ਨਾਮ ਹੀਣ ਗਏ ਮੂੜ ਨਗਾ, ਪਾਜ ਪਾਜ ਮੋਏ ਬਿਖ ਦੇਖ ਪਤੰਗਾ, ਨਾਨਕ ਨਾਮ ਦੇਵੈ ਹਰਿਆ ਪੇ। ਆਸਾ ਮਹੱਲਾ ਚੌਥਾ ਹੈ, ਜੋ ਕੌਣ ਚਰਨ ਆਏ ਖਾਕ ਸਿਰ ਚੜੈ, ਜੀਵਨ ਭਾਗੋ ਵੈ ਵਡ ਉੱਚੇ, ਨਾਨਕ ਨਾਮ ਜਪੈ ਸੱਚ ਸੁਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ, ਜਿਹੜੀਆਂ ਸੰਗਤਾਂ ਸ਼ਾਮਾਂ ਦੇ ਦੀਵਾਨ ਵਿੱਚ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ